ਕਿਵੇਂ ਪ੍ਰਵੀਨ ਠੀਕ ਹੈ? ਮੈਨੂੰ ਲੱਗਦਾ ਖੁਸ਼ਖਬਰੀ ਹੈ। ਚੱਲ ਤੈਨੂੰ ਡਾਕਟਰ ਕੋਲ ਲੈ ਕੇ ਚੱਲਾਂ, ਪਤਾ ਰੱਬ ਨੇ ਮੇਰੀ ਸੁਣ ਲਈ ਬਾਬੇ ਨੇ। ਚੱਲ ਤੁਰਪਾ ਹੁਣ ਜੂੜ ਤਾਂ ਨੀ ਪਾਇਆ, ਚੱਲ ਮਾੜੀ ਜੀ ਉਲਟੀ ਆਉਣ ਵਾਲੀ ਹਾਲੇ ਕੀ ਚੱਚਰ ਕਰਦੀ ਹੈ ਇਹ। ਆ ਗਈ, ਕਿੱਧਰ ਗਏ ਤੁਸੀਂ? ਕਿੱਧਰ ਜਾਣਾ ਹੈਗਾ? ਦਵਾਈ ਦਵਾ ਕੇ ਲਿਆਈ ਉਹਨੂੰ। ਕਿਹਨੂੰ? ਪ੍ਰਵੀਨ ਨੂੰ। ਤੂੰ ਦਵਾਈ ਦਵਾ ਕੇ ਲਿਆਈ ਆ? ਹਾਂ ਬਸ ਮਾੜਾ ਜਿਹਾ ਚਿੱਤੇ ਜਿਹਾ ਢਿੱਲਾ ਸੀਗਾ। ਚੱਲ ਸ਼ੁਕਰ ਹੈ ਦੁਕਾਨ ਦਾ, ਦਵਾ ਤਾਂ ਲਿਆਈ, ਚੰਗਾ ਹੋ ਗਿਆ। ਹੋਰ ਕੀ ਕੀ ਹੋ ਗਿਆ ਤੈਨੂੰ? ਕੁਛ ਨਹੀਂ, ਮਾੜਾ ਮੋਟਾ ਜੀ ਜਾ ਕੇ ਚਾਹ ਹੁੰਦਾ ਸੀ, ਉਲਟੀਆਂ ਜੀ ਕਰਦੀ ਸੀ, ਮੈਂ ਚੱਲ ਦਵਾ ਲਿਆਉਣੀ ਹੈ ਦਵਾਈ। ਹੋਰ ਕੀ ਕਰੀ ਜਾਂਦੀ? ਡਾਕਟਰ ਕਹਿੰਦਾ ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਤਾਂ ਕੱਪੜੇ ਧੋਣ ਲਾ ਕੇ ਆਈਆਂ, ਛੱਡ ਕੇ ਨਹੀਂ ਗਈਆਂ ਸੀ ਇੰਨਾ ਢੇਰ? ਨਾਲੇ ਆਪ ਹੀ ਕਹੀ ਮੈਂ ਦਵਾਈ ਦਵਾ ਕੇ ਲਿਆਈ ਆ, ਆਪ ਹੀ ਕੱਪੜੇ ਧੋਣ ਲਾਤਾ, ਫਿਰ ਕੱਪੜੇ ਤੂੰ ਆਪ ਧੋ ਲਾ। ਓਹੋ ਕੀ ਹੁੰਦਾ, ਮਸ਼ੀਨ 'ਚ ਹੀ ਧੋਣੇ ਆ ਕਿ ਗੋਲੀ ਵੱਜਦੀ ਆ ਉਹਨੂੰ? ਤੂੰ ਕੀ ਕਰਦੀ ਸੀ? ਤੇਰੇ ਏਡੇ ਏਡੀ ਚਰਬੀ ਚੜੀ ਜਾਂਦੀ ਆ, ਉਹਨੂੰ ਤੂੰ ਕੱਪੜੇ ਧੋਣ ਲਾਤਾ ਜਵਾਖੜੀ ਨੂੰ, ਤੂੰ ਨਾ ਸੁਧਰੀ ਕਿਤੇ। ਆਹੋ ਮੇਰੀ ਚਰਬੀ ਤੈਨੂੰ ਦੀਦੀ ਆ, ਜੇ ਜ਼ਿਆਦਾ ਤੈਨੂੰ ਤਰਸ ਆਉਂਦਾ ਨਾ ਆਪ ਹੀ ਕਰਾ ਦੇ, ਨੂੰਹ ਦੀ ਮਰਾਦ ਜੀ ਵਾਲੀ ਕਰਾਉਂਦਾ ਰਹਿੰਦਾ ਹੈਗਾ ਤੂੰ। ਠੀਕ ਆ ਤੇਰੀ ਗੱਲ, ਸਿਆਣੀ ਆ, ਮੈਂ ਤਵਾ ਦੇ ਕਰੂੰ ਕੱਪੜੇ, ਸ਼ਰਮ ਮਾਨ ਨਾ ਮਾੜੀ ਮੋਟੀ। ਤੂੰ ਦੱਸ ਏਡੇ ਏਡੀ ਚਰਬੀ ਚੜਾਈ ਜਾਂਦੀ, ਉਹ ਡਾਕਟਰ ਨੇ ਕੀ ਕਿਹਾ ਤੈਨੂੰ ਵੀ ਮਾੜਾ ਮੋਟਾ ਇਹਨੂੰ ਰਹਿ ਆਹੋ ਕਹਿੰਦੇ ਤੋਰਾ ਫੇਰਾ ਕਰਾਇਆ ਕਰੋ, ਪੂਰੀ ਗਗਨ ਗੁੱਲਾ ਜਾ ਬਣ ਕੇ ਬਹਿਗੀ। ਮੇਰੇ ਤੇ ਲੱਗਦਾ ਰਹਿੰਦਾ ਗਾ ਆ ਨਿਤ ਨਵੀਆਂ ਗੱਲਾਂ ਜਾਂ ਹੋਰ ਹੀ ਚੱਕ ਲੈਂਦਾ ਗਾ, ਆ ਕੀ ਹੁੰਦਾ ਗਗਨ ਗੁੱਲਾ? ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ। ਹਾਂ ਤੈਨੂੰ ਗਗਨ ਗੁੱਲਾ ਤਾਂ ਨਹੀਂ ਪਤਾ, ਉਹ ਤਾਂ ਭੈਣਾਂ ਦਾ ਕੈਨੇਡਾ ਤੱਕ ਮਸ਼ਹੂਰ ਆ, ਇਹਨੂੰ ਦੱਸੋ ਗਗਨ ਗੁੱਲਾ ਕੀ ਹੁੰਦਾ, ਇੰਨਾ ਟਾਈਮ ਮੇਰੇ ਕੋਲ ਵੀ ਹੈ ਨਹੀਂ ਦੱਸਣ ਨੂੰ ਗਗਨ ਗੁੱਲਾ ਕੀ ਹੁੰਦਾ। ਤੂੰ ਕੱਪੜੇ ਧਵਾ ਦੇ ਉਹਦੇ ਨਾਲ ਜਾ ਕੇ, ਉਹਨੂੰ 2 ਮਿੰਟ ਆਰਾਮ ਕਰ ਲੂਗੀ ਉਹ। ਮੈਂ ਵੀ ਨਹੀਂ ਆ ਫਰੀਜ ਜੀ ਦੀਆਂ ਗੱਲਾਂ ਸੁਣਨ ਵਾਲੀ ਹੈਗੀ। ਆਹੋ ਉਹਦੇ ਉਹਦੀ ਤੈਨੂੰ ਜ਼ਿਆਦਾ ਫਿਕਰ ਹੋ ਜਾਂਦੀ, ਤੇ ਮੇਰੀ ਤੈਨੂੰ ਆ ਮਾੜਾ ਮੋਟਾ ਜੇ ਤੰਦਰੁਸਤ ਹੋਈ ਆ, ਹੁਣ ਤੈਨੂੰ ਜ਼ਿਆਦਾ ਉਹ ਲੱਗਦੀ ਵੀ ਚਰਬੀ ਚੜੀ ਪਈ ਆ ਗਗਨ ਗੁੱਲਾ ਲੈ, ਹੱਦ ਹੋ ਗਈ ਤੇਰੇ ਵਾਲੀ ਵੀ। ਚੱਲ ਤਰੀ ਦੀ ਗੱਲ ਸੁਣ, ਮੇਰੇ ਕੋਲ ਵੀ ਟਾਈਮ ਨਹੀਂ, ਆ ਜਿਹੜਾ ਆਪਣਾ ਫੜਾਉਣੀ 5-10 ਹਜ਼ਾਰ ਰੁਪਇਆ, ਫਿਰ ਸੁਣਾ ਦੂੰਗਾ ਬਾਹਰ ਦੀਆਂ ਗੱਲਾਂ। ਇੰਨੀ ਤੈਨੂੰ 5-10 ਹਜ਼ਾਰ ਖੜ ਜਾ ਗਿਆ ਤਰੀ ਦੀਆਂ ਗੱਲਾਂ ਸੁਣ? ਹਾਂ ਫਰੀ ਦੀ ਨਹੀਂ, ਹੋਰ ਕੀ ਹੈਗਾ, ਜਿਹੜੀ ਗੱਲ ਕਰਨ ਵਾਲੀ ਹੁੰਦੀ ਹੈ ਵੀ ਹਾਂ ਭਾਈ ਤੂੰ ਨੂੰ ਬੁਲਾਏ ਦਾ ਕੰਮ, ਉਹਦੇ ਜਾੜ ਚ ਹੀ ਬੋਲੋ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੀ ਜਿੱਦੇ ਦੀ ਆਈ ਹੈ, ਕੀ ਘੋਲ ਕੇ ਪਿਆ ਤਾ ਪਿਓ ਨੂੰ ਆਪਦੇ ਸਹੁਰੇ ਨੂੰ ਤੇ ਪੁੱਤ ਨੂੰ ਮੇਰੇ ਨੂੰ, ਸਮਝ ਤਾਂ ਬਾਹਰ ਹੋਈ ਪਈ ਆ ਗੱਲ। ਜਿਹੜਾ ਕੰਮ ਮੈਂ ਕਰੀ ਜਾਂਦਾ ਨਾ ਇਹੀ ਕੰਮ ਤੂੰ ਕਰਨਾ ਸੀਗਾ, ਤੇਰਾ ਹੱਕ ਬਣਦਾ ਸੀਗਾ ਉਹਨੂੰ ਧੀ ਬਣਾ ਕੇ ਰੱਖ, ਤੇ ਪੁੱਤ ਮੈਂ ਕੰਮ ਕਰ ਲੈਂਦੀ ਆ, ਕੋਈ ਗੱਲ ਨਹੀਂ, ਤੂੰ ਛੋਟੀ ਜੀ ਤਾਂ ਹੈਗੀ ਆ, ਉਹ ਪਿੱਦੀ ਜੀ ਤਾਂ ਹੈਗੀ ਆ ਵਿਚਾਰੀ, ਸਾਰਾ ਦਿਨ ਉਹ ਦੱਬੀ ਜਾਊਗੀ। ਉਹ ਗੁਰੂ ਧੀ ਬਣਾਈ ਆ, ਮੈਂ ਘਰੋਂ ਨਹੀਂ ਕੱਢੀ ਹੈਗੀ, ਕੰਮ ਤਾਂ ਫਿਰ ਸਾਰੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ, ਹਾਂ ਜੇ ਇਹਨਾਂ ਨੂੰ ਕੰਮ ਨੂੰ ਨਾ ਟੋਕਾਂਗੇ ਤਾਂ ਸਿਰ 'ਚ ਚੜ ਜਾਂਦੀਆਂ ਨੇ ਜਾ ਕੇ, ਹਾਂ ਵੀ ਮੇਰੀ ਸੱਸ ਤਾਂ ਮੂਹਰੇ ਮੂਹਰੇ ਕਰੀ ਜਾਂਦੀ ਆ, ਚੱਲ ਕਰ ਲੈਣਦੇ, ਫਿਰ ਇਹ ਕਿਤੇ ਹੱਥ ਪਾਉਂਦੀ ਆ ਕੰਮ ਨੂੰ। ਮੈਂ ਤਾਂ ਦੇਖੀ ਕਿਤੇ ਤੇਰੇ ਸਿਰ ਤੇ ਬੈਠੀ ਆ ਉਹ। ਆ ਸਿਰ ਤੇ ਚੜਾ ਦੇਗਾ ਮੇਰੇ? ਚੜਾ ਦੇਗਾ, ਹਾਂ ਗੱਲਾਂ ਕਰ ਕਰਕੇ ਤੂੰ ਸਿਰ ਤੇ ਚੜਾਵੇਂਗਾ। ਇਹ ਗੱਲ ਸੁਣ, ਗੱਲ ਵਧਾਉਣੀ ਜਿਵੇਂ ਮਰਜ਼ੀ ਵਧਾਈ ਚੱਲ, ਠੀਕ ਹੈ? ਮੈਂ ਤੈਨੂੰ ਕੰਮ ਨੂੰ ਕਿਹਾ, ਜੇ ਤੂੰ ਉਹਨੂੰ ਕਹਿੰਦੇ ਕਰੀਏ ਪੁੱਤ ਕੋਈ ਗੱਲ ਨਹੀਂ, ਕੰਮ ਮੈਂ ਕਰਦੀ ਹਾਂ, ਰਲ ਮਿਲ ਕੇ ਕਰ ਲਾਂਗੇ, ਫਿਰ ਤਾਂ ਘਰ ਬਸੀ ਜਾਊਗਾ, ਤੇ ਨਹੀਂ ਘਰ ਪਾੜਦੇ ਇਹਨੂੰ ਨਾ ਕੋਈ ਟਾਈਮ ਨਹੀਂ ਲੱਗਦਾ ਹੁੰਦਾ। ਇਹ ਗੱਲ ਮੈਂ ਤੈਨੂੰ ਪਿਆਰ ਨਾਲ ਸਮਝਾਤੀ, ਨਹੀਂ ਕੱਲ ਨੂੰ ਚੱਲੀ ਕੀ ਕਰੂਗਾ ਨਾ, ਤੈਨੂੰ ਪਤਾ ਹੀ ਆ ਉਹਦੀ ਕਹਿ ਦੂਗਾ ਵੀ ਸਾਡੀ ਨੇ ਵੀ ਸੱਸੀਗਾ, ਤੁਸੀਂ ਆਪਦਾ ਅੱਡ ਹੋ ਜਾਓ, ਮੈਂ ਆਪਦਾ ਅੱਡ ਹੋ ਜਾਂਦਾ, ਘਰੇ ਕੰਧਾਂ ਨਿਕਲ ਜਾਂਦੀਆਂ ਹੁੰਦੀਆਂ, ਮੈਂ ਤਾਂ ਕਹਿਣਾ ਗਾ। ਮੇਰੀ ਗੱਲ ਸੁਣ, ਕੰਮ ਨੂੰ ਤਾਂ ਮੈਂ ਟੋਕੂਗੀ, ਹੋਰ ਕੋਈ ਮੈਂ ਉਹਦੇ ਡੰਡਾ ਨਹੀਂ ਮਾਰਦੀ, ਮੈਂ ਤੈਨੂੰ ਦੱਸਾਂ। ਟੋਕਣ ਜਦੋਂ ਆਪਾਂ ਨੂੰ ਪਤਾ ਹੈਗਾ ਵੀ ਕੰਮ ਉਹ ਥੋੜਾ ਕਰਦੀ ਆ, ਹੌਲੀ ਹੌਲੀ ਲੱਗ ਜੂ ਪਿਆਰ ਨਾਲ, ਆ ਤਰੀਕਾ ਹੁੰਦਾ ਲਾਉਣ ਦਾ, ਇਹਦਾ ਮਤਲਬ ਇਹ ਤਾਂ ਨਹੀਂ ਹੁਣ ਤੂੰ ਕਹੀਂ ਆਪ ਹੀ ਤਾਂ ਕਹਿੰਦੀ ਮੈਂ ਦਵਾਈ ਦਵਾ ਕੇ ਲਿਆਈ ਆ, ਤੇ ਆਪ ਹੀ ਹੁਣ ਸਾਰਿਆਂ ਨੂੰ ਕੰਮ ਦੇ ਲਾਦਾ। ਜੇ ਉੱਥੇ ਤੇਰੀ ਧੀ ਬਣਾਈ ਹੁੰਦੀ ਪੁੱਤ, ਤੂੰ ਕਰ ਆਰਾਮ ਆ, ਮੈਂ ਧੋਣੀ ਹੌਲੀ ਹੌਲੀ ਕੱਪੜੇ, ਫਿਰ ਤੈਨੂੰ ਮੈਂ ਕਹਿੰਦਾ ਵੀ ਤੂੰ ਹੀਰ ਖਰੀ ਲੱਗ ਦੇ ਕੋਈ। ਮੈਂ ਵੀ ਤਾਂ ਦਵਾਈ ਲੈ ਲੈ ਕੇ ਕੰਮ ਕਰਿਆ, ਫਿਰ ਕੀ ਇਹ ਕਰ ਲੂ ਤਾਂ ਕੀ ਹੋ ਜੂ ਆ? ਕੋਈ ਇਹ ਬੀੜੀ ਨਹੀਂ ਹੁੰਦੀ, ਤੂੰ ਦਵਾਈ ਲੈ ਕੇ ਕੰਮ ਕੀਤਾ ਤਾਂ ਉਹ ਤੋਂ ਵੀ ਕਰਾਉਣਾ ਗਾ, ਤੂੰ ਦੇਖਦਾ ਕਿੱਡੀ ਕਾ ਉਹ। ਨਾਲੇ ਜਿੱਦਣ ਦੀ ਆਈ ਹੈ ਮੈਨੂੰ ਤਾਂ ਘਾਟੇ ਦਾ ਘਰ ਆ ਗਈ ਇਹ। ਹਾਂ ਮਾਰੀ ਜਾਂਦਾ ਆਪਦੀਆਂ। ਸਮਝਾਵੇ ਇਹਨਾਂ ਨੂੰ, ਫੇ ਰੱਬਾ ਜੇ ਮਾੜਾ ਮੋਟਾ ਇਹਨਾਂ ਜਨਾਨੇ ਦੀ ਮੈਂ ਬਣਾਉਣਾ ਨਾ ਤਾਂ ਇਹਨਾਂ ਦਿਮਾਗ ਵੀ ਦੇ ਦੇ, ਅੱਧਾ ਦਿਮਾਗ ਦੇ ਦੇਣਾ, ਅੱਧਾ ਇਹਨਾਂ ਨੂੰ ਦਿੰਦਾ ਨੀਗਾ, ਕਿੱਥੇ ਗੱਲ ਪਾਈ ਹੈ ਦਿਮਾਗ 'ਚ, ਇੱਕ ਗੱਲ ਹੀ ਦੱਬੀ ਜਾਂਦੀ, ਇੱਕ ਗੱਲ ਹੀ ਦੱਬੀ ਜਾਂਦੀ ਆ, ਜਿੱਦੇ ਦੀ ਉਹ ਆਈ ਆ, ਜਿੱਦੇ ਦੀ ਉਹ ਆਈ ਆ, ਆਪੇ ਪਤਾ ਨਹੀਂ ਕੀ ਕਰਤਾ, ਮੈਨੂੰ ਤਾਂ ਭਾਈ ਜਿੱਦੇ ਦੀ ਆਈ ਆਪਣੇ ਘਰ ਵਾਸਤੇ 'ਚ ਹੋ ਗਿਆ। ਚੱਲ ਮੈਂ ਵੀ ਤੇਰੇ ਨਾਲ ਇੰਨੀਆਂ ਗੱਲਾਂ ਨਹੀਂ ਮਾਰਦੀ, ਦੇਖਾਂ ਭਲਾ ਪੈਰ ਨਾ ਗਈ ਹੋਵੇ ਕੰਮ 'ਚ ਉਲਟੀ, ਕੱਪੜੇ ਧੋਰੇ ਕਰਾ, ਮੈਂ ਦੇਖਦੀ ਆ ਉਹਨੂੰ। ਆਹੋ ਮੈਂ ਤੁਹਾਨੂੰ ਦੱਸਦੀ ਗੱਲ, ਜੇ ਕੁੜੀ ਨੂੰ ਕੁਛ ਗਿਆ ਨਾ ਮੈਥੋਂ ਖੁੱਲੀ ਜਾਏਗੀ, ਮੈਥੋਂ ਬੁਰਾ ਕੋਈ ਨਹੀਂਗਾ, ਦੇਖ ਲੈ ਚੱਲ, ਅੱਜ ਤੱਕ ਤਾਂ ਤੂੰ ਹੀ ਨੇ ਕੁਛ ਕਿਹਾ ਨਹੀਂ ਸੀਗਾ, ਹੁਣ ਤਾਂ ਤੈਨੂੰ ਨਾ ਇੱਕ ਪਾਸਾ ਕਰਨਾ ਹੀ ਪਊਗਾ, ਦੇਖੀ ਜਾਓ ਜਿਹੜਾ ਕੁਛ ਹੋਊਗਾ, ਇੱਕ ਦਿਨ ਭੜਕਾ ਹੀ ਦੇ, ਆਪੇ ਰੱਬ ਭਲੇ ਕਰੂਗਾ। ਆ ਜਾਓ ਬਾਪੂ ਜੀ ਆਰਾਮ ਨਾਲ। ਸਤਿ ਸ਼੍ਰੀ ਅਕਾਲ ਬਾਪੂ, ਠੀਕ ਹੈ ਬਾਪੂ? ਹਾਂ ਠੀਕ ਹੈ, ਤੂੰ ਦੱਸ ਕਿਵੇਂ ਆ? ਵਧੀਆ ਵਧੀਆ, ਹੁਣ ਤੁਰ ਫੇਰਾ ਕਰ ਲੈਣਾ ਬਾਪੂ? ਹਾਂ ਹੁਣ ਤਾਂ ਕਰ ਲੈਣਾ, ਤੇ 90% ਪੈ ਗਿਆ ਫਰਕ, 10 ਰਹਿ ਗਿਆ ਬਸ, ਕੋਈ ਜੂ ਠੀਕ ਹੈ। ਚਲੋ ਤੂੰ ਵੀ ਐਂ ਦੇਖ ਕੇ ਲੱਗ ਪਈ ਨਾ ਬੜਾ ਤਾਹੋ ਕਰੀ, ਤੇ ਬਿਲਕੁਲ ਠੀਕ ਹੈ ਹੁਣ।
ਨਾਲੇ ਬਾਣ ਜਾ ਬੀਜੇ ਸੀ ਕੰਮ ਕਾ ਠੀਕ ਹੈ ਪੁੱਤ ਲੈ ਲਿਆ ਕਿ ਪੰਗੇ ਵੈਸੇ ਤੇ ਹੁਣ ਉਹਨਾਂ ਅੱਗੇ ਅੰਗੂ ਹੁੰਦਾ ਨਹੀਂ ਕੰਮ ਹਾਂ ਬਾਪੂ ਹੁਣ ਤੇਰੀ ਉਮਰ ਵੀ ਹੋ ਗਈ ਹਾਂ ਹੁਣ ਉਹਨਾਂ ਕੰਮ ਕਿੱਥੇ ਚਲੋ ਐ ਨੂੰ ਜੀ ਲੱਗਾ ਰਹਿੰਦਾ ਕੰਮ ਨਾਲ ਬੰਦਾ ਜੁੜਿਆ ਰਹਿੰਦਾ ਹਾਂ ਇਹ ਤੇ ਹੈਗਾ ਕਿੱਥੇ ਵੇਲਿਆ ਇਹ ਤਾਂ ਮਨ ਤਾਂ ਸਤਾਨ ਦਾ ਘਰ ਹੀ ਹੁੰਦਾ ਹਾਂ ਤੁਸੀਂ ਦਵਾਈ ਲੈ ਲਈ ਨਾਲੇ ਹਾਂ ਦਵਾਈ ਲੈ ਲਈ ਸੀ ਮੈਂ ਕੁਝ ਹੋਰ ਖਾਣਾ ਕਿੱਤਾ ਲਿਆ ਦੇ ਪੁੱਤ ਨਾ ਨਾ ਲੈ ਲਈ ਸੀ ਦਵਾਈ ਮੈਂ ਠੀਕ ਹੈ ਹੁਣੇ ਉੱਠ ਕੇ ਗਿਆ ਸੀ ਪਹਿਲਾਂ ਮੈਂ ਛੋਟਾ ਕੋਣ ਆਇਆ ਸੀ ਹਾਂ ਮੈਂ ਉਧਰ ਮੈਂ ਦਵਾਈ ਲੈਤੀ ਸੀ ਮੈਨੂੰ ਨੀਂਦ ਜੀ ਆਉਣ ਲੱਗੀ ਠੀਕ ਹੈ ਮੈਂ ਇਧਰ ਆਇਆ ਸੌਂ ਤੇ ਦਲੀਆ ਬਣਾ ਦਵਾਂ ਥੋੜਾ ਜਿਹਾ ਤੁਹਾਨੂੰ ਨਹੀਂ ਰਹਿਣ ਦੇ ਖੀਰ ਬਣਾ ਲੈ ਨਾਲੇ ਬਾਪੂ ਖਾ ਲੂਗਾ ਨਾਲੇ ਮੈਂ ਖਾ ਲੂੰਗਾ ਠੀਕ ਹੈ ਜੀ ਠੀਕ ਹੈ ਪੁੱਤ ਤੂੰ ਖੀਰ ਬਣਾ ਲੈ ਫਿਰ ਪੈ ਜਾ ਪੁੱਤ ਤੂੰ ਵੀ ਕਰ ਲੈ ਆਰਾਮ ਨਾ ਨਾ ਕੋਈ ਗੱਲ ਨਹੀਂ ਬਾਪੂ ਤੂੰ ਕਿਹੜਾ ਰੋ ਰੋ ਜਾਣਾ ਹੋਰ ਗੱਲਾਂ ਬਾਤਾਂ ਕਰੀ ਵਿਚਾਰ ਗੱਲਾਂ ਬਾਤਾਂ ਠੀਕ ਹੈ ਪੁੱਤ ਬਸ ਹੁਣ ਤੈਨੂੰ ਦੇਖ ਕੇ ਆਂ ਵੀ ਜੇ ਤੂੰ ਤੁਰਨ ਫਿਰਨ ਲੱਗ ਜੇ ਤਾਂ ਸੁੱਖ ਦਾ ਸਾਹ ਆ ਜੇ ਸਾਨੂੰ ਸੌਖਾ ਹੋ ਜੇ ਬਾਪੂ ਜਦੋਂ ਦੀ ਪ੍ਰਵੀਨ ਆਈ ਹੈ ਮੈਨੂੰ ਤਾਂ ਬਹੁਤ ਸੌਖਾ ਡਾਕਟਰ ਨੇ ਕਹਿਤਾ ਸੀ ਵੀ ਤੂੰ ਚੱਲ ਨਹੀਂ ਸਕਦਾ ਪਰ ਪ੍ਰਵੀਨ ਨੇ ਹਿੰਮਤ ਕੀਤੀ ਮੈਂ ਚੱਲਣ ਲੱਗ ਗਿਆ ਰੋਜ਼ ਮੈਨੂੰ ਅੱਧਾ ਘੰਟਾ ਘੰਟਾ ਐਂ ਤੁਰਦੀ ਆਪਦਾ ਸਹਾਰਾ ਲਾ ਕੇ ਮੈਨੂੰ ਪਤਾ ਮੈਂ ਤਾਂ ਉਮੀਦ ਹੀ ਛੱਡਤੀ ਸੀ ਉਹ ਤਾਂ ਠੀਕ ਹੈ ਪੁੱਤ ਪਰ ਇਹ ਜਿਹੜਾ ਪਤੀ ਅਤੇ ਔਰਤ ਦਾ ਰਿਸ਼ਤਾ ਹੁੰਦਾ ਨਾ ਇਹ ਵੀ ਇੱਕ ਮਿੱਤਰਾਂ ਦਾ ਅਤੇ ਦੋਸਤਾਂ ਦਾ ਰਿਸ਼ਤਾ ਹੁੰਦਾ ਅਤੇ ਅੰਗ ਸੰਗ ਹੁੰਦਾ ਇਸੇ ਨਾਲ ਹੀ ਜ਼ਿੰਦਗੀ ਸਫ਼ਰ ਸਹੀ ਹੁੰਦੀ ਹੈ ਪੁੱਤ ਹਾਂ ਬਾਪੂ ਹਾਂ ਤੁਸੀਂ ਰਲ ਮਿਲ ਕੇ ਰਹੋ ਪੁੱਤ ਇਹ ਤਾਂ ਫਰਜ਼ ਬਣਦਾ ਉਹਦਾ ਤੇਰੇ ਉਹੜ ਪੋਹੜ ਕਰਨ ਦਾ ਨਾਣਾ ਬਾਪੂ ਹਾਂ ਮੇਰੇ ਤੋਂ ਬਹੁਤ ਸੇਵਾ ਕਰਦੀ ਹੈ ਠੀਕ ਹੈ ਬਸ ਜੇ ਕੋਈ ਕਮੀ ਹੈ ਤਾਂ ਮੈਨੂੰ ਦੱਸ ਦੇ ਪੁੱਤ ਮੈਂ ਆਪਦੀ ਧੀ ਨੂੰ ਵੱਧ ਤੋਂ ਵੱਧ ਕਹਿ ਕੇ ਜਾਊਂਗਾ ਭਾਈ ਕੰਮ ਧੰਦਾ ਵੀ ਧਿਆਨ ਨਾ ਕਰ ਤੇ ਮੇਰੇ ਸ਼ੇਰ ਦੀ ਨਿਗਾਹ ਵੀ ਰੱਖ ਬਾਪੂ ਹੁਣ ਸਾਰਾ ਕੰਮ ਕਰਦੀ ਹੈ ਘਰ ਦਾ ਵੀ ਕਰਦੀ ਹੈ ਇੱਧਰ ਪਸ਼ੂਆਂ ਦਾ ਵੀ ਕਰ ਦਿੰਦੀ ਹੈ ਅਤੇ ਉਹ ਗੋਹਾ ਵੀ ਚੱਕ ਦਿੰਦੀ ਹੈ ਮੈਂ ਉਹਨੂੰ ਆਖਿਆ ਸੀ ਵੀ ਤੂੰ ਨਾ ਚੱਕਿਆ ਕਰ ਕੰਮ ਵਾਲਾ ਰੱਖ ਲੈਂਦੇ ਆਪਾਂ ਵੀ ਆਪ ਹੀ ਕਰੀ ਜਾਊਗੀ ਨਹੀਂ ਕਹਿੰਦਾ ਮੇਰਾ ਘਰ ਆ ਮੈਂ ਆਪਦੇ ਘਰ ਦਾ ਸਾਰਾ ਕੰਮ ਕਰੂੰ ਹੋਰ ਕੌਣ ਕਰੂ ਮੈਂ ਚੱਲ ਤੇਰੀ ਗੱਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਹੈ ਪੁੱਤਰਾ ਇਸ ਗੱਲ ਤਾਂ ਮੇਰੀ ਧੀ ਤੇ ਮੈਨੂੰ ਬਾਲਾ ਮਾਣ ਹੈ ਮੁੰਡਿਆਂ ਵਾਂਗੂ ਕੰਮ ਕਰਦੀ ਹੈ ਨਾਲੇ ਸਾਰਾ ਘਰ ਦਾ ਕੰਮ ਉੱਥੇ ਵੀ ਇਹੀ ਸੰਭਾਲਦੀ ਜਦੋਂ ਐਂ ਲੱਗਦਾ ਹੈ ਵੀ ਉੱਥੋਂ ਜਦੋਂ ਦੀ ਆਈ ਹੈ ਵੀ ਸਾਡਾ ਘਰ ਸੁੰਨਾ ਹੋ ਗਿਆ ਭਾਗ ਹੀ ਚੱਕ ਲਈ ਸਹੁਰੀ ਸਾਰਾ ਇਹ ਤਾਂ ਹੈ ਬਾਪੂ ਜਦੋਂ ਦਾ ਇਹ ਸਾਡੇ ਘਰ ਆਈ ਨਾ ਉਹ ਖੁਸ਼ੀਆਂ ਆ ਗਈਆਂ ਰੌਣਕ ਜੀ ਲੱਗੀ ਰਹਿੰਦੀ ਹੈ ਪਰ ਮੇਰੇ ਆ ਮਾੜੀ ਸੱਟ ਜੀ ਲੱਗਣ ਕਰਕੇ ਮਾਂ ਮਾੜਾ ਇਹ ਕਰਦੀ ਹੈ ਮੈਂ ਹੁਣ ਹਟ ਜੂ ਆਪੀ ਹੌਲੀ ਹੌਲੀ ਕੋਈ ਨੀ ਪੁੱਤ ਇਹ ਵੀ ਕੋਈ 2 ਰੁਪਏ ਦੇਣੇ ਲੈਣੇ ਦਾ ਸੰਬੰਧ ਹੁੰਦਾ ਕਿਸੇ ਨਾ ਕਿਸੇ ਡਾਕਟਰ ਨੂੰ ਦੇਣੇ ਸੀ ਨਹੀਂ ਐਵੇਂ ਕੌਣ ਰੁਪਏ ਕੱਢਦਾ ਹਾਂ ਬਾਪੂ ਇਹ ਤੇਰੀ ਗੱਲ ਸਹੀ ਹੈ ਹਾਂ ਚਲ ਆਏ ਬਾਪੂ ਆਪਾਂ ਰੋਟੀ ਖਾਂਦੇ ਹਾਂ ਹਾਂ ਚਲ ਆਏ ਠੀਕ ਹੈ ਬਣ ਗਈ ਉਹ ਰੋਟੀ ਵੀ ਦੇਖ ਲਾ ਆ ਨੂੰ ਨੂੰ ਨਾ ਕੁਛ ਕਰਨਾ ਪਏ ਜੇ ਗੋਲਾ ਮੂਰੇ ਮੂਰੇ ਲੱਗਿਆ ਪਿਆ ਹੈਗਾ ਉਹ ਇੱਧਰ ਠਾਉਣ ਆਇਆ ਸੀ ਮੈਂ ਚੱਕ ਕੇ ਬੱਠਲ ਚ ਪਾਤਾ ਆ ਤਾਂ ਉਹਨੂੰ ਕਹਿ ਕੇ ਗਈ ਸੀਗੀ ਮੈਂ ਉਹਦਾ ਜਿਹਦਾ ਤੇ ਪਿਆ ਆਇਆ ਵੀ ਸਿੱਟੇ ਹੀ ਆ ਇੱਥੇ ਛੱਡ ਗਈ ਦੇਖ ਲਾ ਹੁਣ ਤੂੰ ਹਜੇ ਤੂੰ ਕਹਿੰਦਾ ਕੰਮ ਕਰਦੀ ਹੈ ਇਹ ਸਾਰਾ ਗੋਹਾ ਕੂੜਾ ਕਰਦੀ ਹੈ ਇਹ ਕਰਦੀ ਹੈ ਸਵਾਹ ਇਹ ਸੱਤਾਂ ਚੁੱਲਿਆਂ ਦਾ ਨਾ ਤਾਂ ਉਹ ਸਿੱਟੇ ਨਾ ਤੂੰ ਸਿੱਟੇ ਭਾਈ ਮੈਂ ਆਦੇ ਬਾਅਦ ਫੇ ਰੱਖਿਆ ਜਿਵੇਂ ਉਵੇਂ ਪਾੜ ਲੂੰਗਾ ਬਸ ਛੋਟੇ ਜੋੜਿਆ ਥਾ ਪੱਕ ਕਰ ਕਲੇਸ਼ ਨਾ ਪਾਇਆ ਕਰ ਨਾ ਮੇਰੀ ਗੱਲ ਸੁਣ ਨਾਲੇ ਉਹ ਕੁੜਮਾਇਆ ਸੀ ਉਹਦੇ ਸਾਹਮਣੇ ਤੂੰ ਚੰਗਾ ਮੈਨੂੰ ਬਿਜਲੀਆਂ ਲਵਾਉਣੀਆਂ ਪੈਣਗੀਆਂ ਤਾਂ ਕਮਲੀ ਆ ਫਲਾਣਾ ਟਿਕੜਾ ਕਿਉਂ ਜੇ ਮੈਂ ਉਹਨੂੰ ਕੰਮ ਨੂੰ ਟੋਕਦੀ ਆ ਅੱਛਾ ਮੈਂ ਕਮਲੀ ਬਣਾਤੀ ਅੱਜ ਤੇ ਓਹੋ ਉਹ ਕੰਮ ਨੂੰ ਨਹੀਂ ਅੱਗੇ ਨਹੀਂ ਤੈਨੂੰ ਮੈਂ ਕਿਤੇ ਕਹਿਤਾ ਮੈਂ ਰਿਸ਼ਤੇਦਾਰ ਆ ਦਿੱਤੀ ਇਹਨੂੰ ਮਿਲਣ ਆਇਆ ਸੀਗਾ ਅਗਲਾ ਕੋ ਮੈਂ ਤਾਂ ਮਿਲਣ ਆਇਆ ਇਹਨਾਂ ਨੇ ਕੀ ਕੁਛ ਕਹਿਤਾ ਇਹ ਗੱਲਾਂ ਵੀ ਸੋਚਣ ਵਾਲੀਆਂ ਹੁੰਦੀਆਂ ਨਾ ਆਪਾਂ ਇਹਨਾਂ ਨੂੰ ਕਿਹੜਾ ਸਪੈਸ਼ਲ ਮਿਲਣ ਜਾਵਾਂਗੇ ਫੇਰ ਕਹਾਂਗੇ ਕੁੜਮਾਂ ਨੂੰ ਵੀ ਤੁਹਾਡੀ ਧੀ ਕਿੰਨਾ ਕੁ ਕੰਮ ਕਰਦੀ ਹੈਗੀ ਜੇ ਆਇਆ ਤਾਂ ਦੱਸਣਾ ਵੀ ਚਾਹੀਦਾ ਵੀ ਕੀ ਸਿਖਾਇਆ ਇਹਨੂੰ ਕੀ ਨਾ ਸਿਖਾਇਆ ਉਹ ਕਹਿਣ ਦਾ ਵੀ ਕੋਈ ਢੰਗ ਹੁੰਦਾ ਲੈ ਭਾਈ ਪਿਆਰ ਨਾ ਕਹਿ ਮੈਂ ਕਿਹੜਾ ਉਹਦੇ ਫੜ ਕੇ ਸੋਟੀ ਮਾਰੀ ਤੂੰ ਕਹਿੰਦਾ ਕਹਿਣ ਦਾ ਢੰਗ ਹੁੰਦਾ ਹੈਗਾ ਕੀ ਗੱਲਾਂ ਕਰਦਾਗਾ ਤੂੰ ਸੋਟੀ ਨਾਲ ਵੀ ਭੜਾ ਕੰਮ ਕਰਦਾ ਤੂੰ ਤਾਂ ਲੈ ਸੋਟੀ ਨਾਲ ਤੂੰ ਉਹ ਵੀ ਭੜਾ ਕੰਮ ਕਰੇਗਾ ਕਹਿੰਦਾ ਖੇਜ ਤਾਂ ਬਿਜਲੀ ਲਵਾਉਣੀਆਂ ਪੈਣੀਆਂ ਤੂੰ ਮੇਰੀ ਸ਼ਰਿਆਮ ਹੀ ਸਾਰਾ ਤਾਂ ਨੂੰਹ ਮੂਹਰੇ ਉਹੀ ਗੱਲ ਬੇਇੱਜ਼ਤੀ ਕਰਨ ਲੱਗਿਆ ਪਿਆਗਾ ਓਹੋ ਫੇ ਹੋਰ ਮੈਂ ਕੀ ਕਹਿੰਦਾ ਮੈਂ ਤਾਂ ਖੇੜਾ ਛਡਾਉਣਾ ਹੀ ਸੀਗਾ ਅਗਲਾ ਬੇਇੱਜ਼ਤੀ ਮੈਂ ਐ ਖੇੜਾ ਛੜਾ ਐ ਛਡਾਉਂਦੇ ਹੁੰਦੇ ਖੇੜਾ ਪਾਈ ਛਡਾਉਂ ਦਿੰਦੇ ਆ ਤੂੰ ਵਗ ਜਾ ਮੈਂ ਅੱਕਾ ਪੱਕ ਦੇ ਮੈਂ ਹੌੜਾ ਮਾਰੂੰਗਾ ਤੇਰੇ ਹੋਰ ਮੈਂ ਇਥੋਂ ਕਰੀਂਗੀ ਮੇਰੇ ਫੌੜਾ ਮਾਰੇਗਾ ਤੂੰ ਆਪਦਾ ਤਾਂ ਕਸੂਰ ਗਿਣਦੀ ਨਹੀਂ ਉਹ ਤਾਂ ਇੱਕ ਚੜੀ ਪਈ ਜਵਾਗੜੀ ਤੇ ਉਹ ਆਹੀ ਗੋਹੇ ਇੱਕ ਗੋਹੇ ਪਿੱਛੇ ਲੜੀ ਜਾਂਦੀ ਹੁਣ ਤੂੰ ਮੈਨੂੰ ਲੱਗਦਾ ਆ ਗੋਹਾ ਵੀ ਸਿੱਟਿਆ ਕਰੇਗਾ ਮੈਨੂੰ ਲੱਗਦਾ ਪਾਥੀਆਂ ਪੁੱਥੀਆਂ ਵੀ ਤੂੰ ਹੀ ਪੱਠਿਆ ਕਰੇਗਾ ਮੈਨੂੰ ਤਾਂ ਲੱਗਦਾ ਹੀ ਆਇਆ ਉਹ ਕੋਈ ਨਹੀਂ ਹਾਂ ਪਤਾ ਨਹੀਂ ਕੀ ਕਰਾ ਕੇ ਲਿਆਈ ਆ ਘਰ 'ਚ ਸਾਰੇ ਮਗਰ ਲਾ ਰੱਖੇ ਨੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਕਰੇ ਯਾਰ ਮੈਂ ਤਾਂ ਕਹਿੰਦਾ ਵੀ ਕਲੇਸ਼ ਮਿਟ ਜੇ ਕਿਸੇ ਹਿਸਾਬ ਨਾਲ ਤਾਂ ਕਰਕੇ ਬੱਠੇ 'ਚ ਗੋਹਾ ਪਾਤਾ ਕੋਈ ਗੁਨਾਹ ਕਰਤਾ ਲੋੜਾ ਆਇਆ ਪਿਆ ਕਰ ਲਓ ਮਾਰੀ ਜਾਇਆ ਕਰੂੰ ਮੱਥਾ ਮੈਨੂੰ ਕੀ ਮੈਂ ਟਾਉਨ ਨਾ ਪਾਇਆ ਕਰੂੰ ਗੱਲ ਤਾਂ ਐ ਵੀ ਤੂੰ ਕਹਿੰਦੀ ਉਹ ਕਰੇ ਉਹ ਕਹਿੰਦੀ ਇਹ ਕਰੇ ਦੱਸ ਕਰੂ ਤਾਂ ਕਰੂ ਕਿਹੜਾ ਚੱਲ ਗਿਆ ਨਾ ਕੋਈ ਨਹੀਂ ਤੂੰ ਬੱਠੜੀ ਆ ਇਹ ਤੇ ਰੇੜੀ ਛੱਡਦਾ ਕਰ ਮੈਂ ਤਾਂ ਖੇਤੀ ਲੈ ਜਾ ਕਰੂੰਗਾ ਆ ਜੋਤੀਏ
ठीक है बापू जी, चंगा पुत्ता आंदे रह करो, गेड़ा मार दे। हाँ ठीक है, ठीक है जी, चंगा जी। ते ऐ करती है हाल हाल मिलती नहीं बापू जी ना। नहीं नहीं तुसी अपने कोल रखो, कोई ना पुत्ता, फड़ो फड़ो, ये तो हक ही है पुत्ता, ये तो मानता ना, इतने कड़ा मैच खरीद लेंगी ती है। हाँ ठीक है, ते तुसी ऐ करो कदे गेड़ा मार आयो पुत्ता, कोई गल नहीं, जरूर भेजांगे। हाँ तुसी भी आ जाओ जी। ना ना कोई गल नहीं, जरूर ठीक है, ठीक है जी, चंगा जी, ठीक है, सत श्री अकाल जी, ठीक है बापू जी, ध्यान नाल जायो। हाँ ठीक है पुत्ता, चंगा ती है, मैनू फोन ला दे, चंगा एड्रेस दस, फिर मैं दवाई दवाई लियाऊंगा। ठीक है जी, वो तो मैं थोड़ा अज सवेरे शाम नहीं फोन कर दूंगा जी। ठीक है, ठीक है जी, चंगा जी, ठीक है। रीत आई जांदी है, होर भैणे ठीक है, वधिया, तू दस। हाँ वधिया, तू सुना। बस वधिया ही आ। और तेरे नूं दा की हाल है? ਨੂੰ ਕਹਿੰਦੇ ਡਾਕਟਰ ਦੇ ਲਈ ਆਉਂਦੀ ਸੀ। ਨਹੀਂ ਨੂੰ ਦਾ ਤਾਂ ਕੀ ਹਾਲ ਪੁੱਛਣਾ, ਬਸ ਐਵੇਂ ਪਖੰਡ ਖੰਡ ਕਰਦੀ ਰਹਿੰਦੀ ਹੈਗੀ ਮੇਰੀ ਨੂੰ ਤਾਂ। ਅੱਛਾ ਕੀ ਗੱਲ ਹੋ ਗਈ? ਡਾਕਟਰ ਦੇ ਲੈ ਕੇ ਗਈ ਸੀ, ਮਾੜੇ ਮੋਟੇ ਉਲਟੀਆਂ ਆਈਆਂ, ਮੈਂ ਚੱਲ ਡਾਕਟਰ ਦੇ ਖਬਰ ਕੋਈ ਰੱਬ ਸੁਣੀ ਲਵੇ, ਕੋਈ ਖੁਸ਼ਖਬਰੀ ਮਿਲ ਜੂ ਮੈਨੂੰ। ਲੈ ਭਾਲਦੀ ਹੈ ਤਾਂ ਖੁਸ਼ਖਬਰੀਆਂ ਨਹੀਂ, 2 ਸਾਲ ਹੋ ਗਏ ਭੈਣੇ, ਹਜੇ ਤੱਕ ਉਹਨੇ ਕੋਈ ਖੁਸ਼ਖਬਰੀ ਦਿੱਤੀ ਆ? ਤੂੰ ਤਾਂ ਆਪ ਜਮੀ ਐਨ ਕਮਾਲ ਕਰਦੀ ਆ। ਨਹੀਂ ਮੈਂ ਤਾਂ ਉਹੀ ਗੱਲ, ਮੈਂ ਤਾਂ ਮਸਾਂ ਆਏ ਸੀ ਵੀ ਚੱਲ ਕੋਈ ਨਾ ਕੋਈ ਤਾਂ ਖੁਸ਼ਖਬਰੀ ਮਿਲੂ, ਮੈਨੂੰ ਤਾਂ ਬਾਹਲਾ ਹੀ ਚਾਅ ਚੜਿਆ, ਝੱਟ ਦੇਣੀ ਮੈਂ ਡਾਕਟਰ ਦੇ ਲੈ ਕੇ ਗਈ ਹਾਂ। ਲੈ ਦੱਸ ਹੈ, ਉਲਟੀ ਆ ਗਈ ਅਖੇ ਡਾਕਟਰ ਦੇ ਲੈ ਗਈ? ਨਹੀਂ ਖਾਂਦੀ ਬਾਹਲਾ, ਮਾਸ ਚੜਾ ਰੱਖੇ ਮਨ ਮਨ ਤਾਂ ਉਹਨੇ, ਖਾਂਦੀ ਕੀ ਥੋੜਾ। ਫਿਰ ਹੁਣ ਰੀਤ ਕੀ ਕਰਾਂ, ਖਾਂਦੀ ਦੇ ਕਿਹੜਾ ਹੱਥ ਫੜ ਲਾਂਗੇ ਆਪਾਂ? ਫਿਰ ਤਾਂ ਹੀ ਉਲਟੀਆਂ ਆਈਆਂ ਨੇ, ਜੇ ਖਾਂਦੀ ਹੈ ਇਹਨੂੰ ਕਹਿ ਮਾੜਾ ਮੋਟਾ ਹਿਸਾਬ ਨਾਲ ਖਾਇਆ ਕਰ, ਤੁਹਾਡਾ ਘਰ ਮੁੱਦਾ ਮਾਰੀ ਜਾਂਦੀ ਆ। ਬਸ ਜਿੱਦ ਦੀ ਆਈ ਆ ਇਹੀ ਕੁਸੀ ਆ, ਮੈਂ ਕੀ ਕਰਾਂ, ਨਾ ਤਾਂ ਉਹੀ ਗੱਲ ਆਪ ਸੁਣਦਾ ਹੈਗਾ, ਮੁੰਡਾ ਤਾਂ ਮਗਰ ਲਾ ਰੱਖਿਆ, ਖਾਨੀ ਕੀ ਇਹੋ ਜਿਹਾ ਲਿਆਈ ਆ, ਮਗਰ ਲਾ ਰੱਖਿਆ, ਪਿਓ ਪੁੱਤ ਦੋਨੇ ਜਾਣੇ ਕਰਦੇ ਨੇ ਅੱਜ ਕੱਲ ਤਾਂ, ਤਾਗੇ ਤਵੀਤ ਮਿੰਟ ਚ ਘੋਲ ਘੋਲ ਕੇ ਪਿਆ ਦਿੰਦੀਆਂ ਨੇ, ਉਹਦੀ ਮੁੰਡੇ ਜੇ ਮਗਰ ਲੱਗ ਲੈਂਦੇ ਨੇ। ਜਮੀ ਨਹੀਂ, ਮੈਂ ਕਿਹਾ ਜਮੀ ਨਹੀਂ, ਮੇਰੇ ਤਾਂ ਸੁਣਨਾ ਹੀ ਹਟ ਗਿਆ ਤਾਂ। ਹੋਰ ਲੈ ਕੀ ਕਰਾਂ, ਆ ਪਹਿਲਾਂ ਦੇਖ ਲੈ ਤੁਹਾਡੇ ਕਿੰਨੇ ਕਿੰਨੇ ਤਾਂ ਡੰਗਰ ਹੁੰਦੇ ਹਨਾ, ਬਥੇਰਾ ਰੰਗ ਭਾਗ ਲੱਗੇ ਸੀ ਮੇਰੇ ਤਾਂ। ਦੇਖ ਲੈ ਇੱਕ ਮੈਸ ਜੀ, ਉਹੀ ਮਨ ਕਰੇ ਦੁੱਧ ਨਾ ਦਿੰਦੀ, ਵੀ ਦਿੰਦੀ ਆ ਦੁੱਧ ਕਿੱਥੇ, ਫੇਰ ਉਹ ਫੜੀਆਂ ਟੋਕੜਾ ਦੇਖ ਲੈ, ਜਿੱਦੇ ਦੀ ਆਈ ਹੈ ਕਾਲੇ ਮੂੰਹ ਵਾਲੀ, ਤੁਹਾਡਾ ਘਰ ਮੁੱਦਾ ਮਾਰ। ਮੈਂ ਤਾਂ ਅੜੀਏ ਹੁਣ ਕਿਹਦੇ ਕੋਲੇ ਦੁੱਖ ਰੋਵਾਂ, ਘਰੇ ਗੱਲ ਤੋਰਦੀ ਆ ਵੀ ਚੱਲ ਆਪਾਂ ਕਿਸੇ ਸਿਆਣੇ ਕੋਲੇ ਜਾ ਆਈਏ, ਤਾਂ ਚਾਰੇ ਪੈਰ ਪੈਂਦੇ ਆ, ਆਖਣਗੇ ਤੈਨੂੰ ਜ਼ਿਆਦਾ ਹੀ ਉਹ ਦਿੰਦਾ। ਨਹੀਂ ਭੈਣੇ, ਐਂ ਕਰਦੀ ਨੇ ਅੱਜ ਕੱਲ ਵਾਲੀ, ਚੱਲ ਚੰਗਾ ਭੈਣੇ, ਮੇਰਾ ਤਾਂ ਨਾਂ ਨਾ ਲੈ, ਨਹੀਂ ਕਿਤੇ ਤੇਰੀ ਨੂੰਹ ਲਵੇ ਹੋਰ ਮੇਰੇ ਖੋਨ ਸੜੇ ਪਵਾ ਦੇ, ਐਵੇਂ ਅਗਲੀ ਨੇ ਘਰੇ ਵੀ ਨਹੀਂ ਵੜਨ ਦੇਣਾ ਮੈਨੂੰ। ਮੈਂ ਕੀ ਕਹਿਣਾ ਭੈਣੇ, ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਇਹ ਜੀ ਗੱਲਬਾਤ। ਚੱਲ ਦੇਖ ਲੈ ਭੈਣੇ, ਜਿਵੇਂ ਨਿਭਦੀ ਹੈ ਨਿਭਾ ਲੈ, ਨਹੀਂ ਕੋਈ ਗਰੀਬ ਘਰ ਦੀ ਕੋਈ ਹੋਰ ਚੰਗੇ ਮਾੜੇ ਘਰ ਦੀ ਦੇਖ ਲਿਓ ਬਥੇਰੀਆਂ। ਨਹੀਂ ਰੀਤ, ਹਾਂ ਲੈ ਆ ਤਾਂ ਗੱਲ ਕਰਨ ਪਹਿਲਾਂ ਮੈਨੂੰ ਆਖਣਗੇ ਤੂੰ ਨਿਕਲ ਜਾ, ਮਗਰ ਜੋ ਲਾਈ ਬੈਠੀ ਐ। ਅੱਛਾ ਫਿਰ ਤੂੰ ਕਿਸੇ ਸਿਆਣੇ ਲਵੇ ਜਾ ਕੇ ਦੇਖ ਲੈਂਦੀ? ਹਾਂ ਮੈਂ ਤਾਂ ਜੇ ਜਾਨੀ ਆ ਚੋਰੀਆਂ ਛਪੋਰੀਆਂ, ਮੈਨੂੰ ਤਾਂ ਰਾਹ ਹੀ ਨਹੀਂ ਪੈਣ ਦਿੰਦੇ, ਕਿੱਧਰ ਗਈ ਸੀ 100 ਸਵਾਲ ਕਰਦੇ ਨੇ। ਨਾਲੇ ਭੈਣੇ ਆਪਣੇ ਵਰਗੇ ਨੂੰ ਨਹੀਂ ਸਿਆਣੇ ਲੱਭਦੇ ਚੰਗਾ ਕਰਾਉਣ ਵਾਸਤੇ, ਅੱਜ ਇਹਨੇ ਕੋਈ ਮਗਰ ਮੂਰੇ ਲਾਉਣੇ ਨੇ ਮਿੰਟ ਚ ਕਰ ਦਿੰਦੇ ਨੇ, ਸਿਆਣੇ ਵੀ ਲੈ ਕੇ 10-10 ਹਜ਼ਾਰ। ਨਹੀਂ ਰੀਤ, ਗੱਲ ਤਾਂ ਤੇਰੀ ਜਮਾਂ ਸਹੀ ਐ, ਆਪਾਂ ਤਾਂ ਕੋਈ ਇਹੋ ਜਿਹਾ ਮਿਲਦਾ ਹੀ ਨਹੀਂ ਜਿਹੜਾ ਝਟਪਟ ਘੋਲ ਕੇ ਤਵੀਤ ਇਹੋ ਜਿਹਾ ਦੇ ਦਈਏ, ਜਿਹੜਾ ਸਿੱਧੇ ਹੋ ਜਾਣ, ਜਾਂ ਕੋਈ ਘਰ ਨੂੰ ਰੰਗ ਭਾਗ ਲੱਗ ਜਾਣ। ਪੁੱਛਣਾ ਮੈਂ ਤਾਂ ਅੱਕ ਗਈ। ਨਹੀਂ ਭੈਣੇ, ਰੰਗ ਭਰ ਤਾਂ ਤੇਰੇ ਆਪ ਹੀ ਲੱਗ ਜਾਣਗੇ ਜੇ ਕਾਲੇ ਮੂੰਹ ਵਾਲੀ ਤੁਹਾਡੇ ਘਰੋਂ ਨਿਕਲੇ, ਇਹ ਨਹੀਂ ਹੁਣ ਰੰਗ ਭਾਗ ਲੱਗਣ ਦਿੰਦੀ, ਭਾਲਦੀ ਹੈ ਰੰਗ ਭਾਗ। ਚੱਲ ਚੰਗਾ ਭੈਣੇ, ਮੈਂ ਤਾਂ ਜਾਨੀ ਆ, ਧੁੱਪ ਚੜੀ ਜਾਂਦੀ ਹੈ, ਮੇਰੇ ਤਾਂ ਭਾਂਡੇ ਮੈਂ ਜਾਂਦੀ ਜਾਂਦੀ, ਕੋਈ ਤੂੰ ਹੀ ਦੱਸ ਦੇ ਮੈਨੂੰ ਇਲਾਜ। ਲੈ ਦੱਸ ਮੈਂ ਕੀ ਇਲਾਜ ਦੱਸਾਂ, ਮੈਂ ਕੀ ਹੁਣ ਉਰੇ ਪੁੱਛਿਆ ਦਿੰਨੀ ਆ, ਮੈਂ ਤਾਂ ਭਾਂਡੇ ਮਾਂਜਣੇ ਨੇ ਭੈਣੇ, ਜਾਨੀ ਆ। ਕੀ ਕਰਾਂ ਰੱਬਾ, ਗੱਲ ਤਾਂ ਇਹਦੀ ਵੀ ਸੱਚੀ ਆ, ਕੀ ਕਰਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਸਮਝ ਤੋਂ ਬਾਹਰ ਹੀ ਹੋਈ ਪਈ ਆ ਗੱਲ। ਹੈਲੋ, ਹਾਂਜੀ ਹਾਂਜੀ, ਹਾਂ ਹੋ ਗਿਆ ਟੀਵੀ ਜੀ, ਮੈਂ ਹਾਂ ਕੱਲ ਤੋਂ ਆਇਆ ਕਰੂੰਗਾ ਜੀ ਕੰਮ। ਠੀਕ ਹੈ, ਠੀਕ ਹੈ, ਠੀਕ। ਕਿਹਦੇ ਨਾਲ ਗੱਲ ਕਰਦਾ ਸੀ ਪੁੱਤ? ਬਾਬੂ ਨਾਲ ਗੱਲ ਕਰਦਾ ਜੀ। ਅੱਛਾ, ਕੀ ਕਹੀ ਜਾਂਦਾ ਸੀ ਬਾਬੂ? ਉਹ ਕਹਿੰਦਾ ਠੀਕ ਹੋ ਗਿਆ, ਹਾਂ ਠੀਕ ਹੋ ਗਿਆ, ਮੈਂ ਕੱਲ ਤੋਂ ਕੰਮ ਤੇ ਆਇਆ ਕਰੂੰਗਾ। ਚੱਲ ਇਹ ਤਾਂ ਪੁੱਤ ਬਾਬਿਆਂ ਨੇ ਕਮਾਲ ਕਰਿਆ, ਵਧੀਆ ਹੋ ਗਿਆ, ਤੰਦਰੁਸਤ ਹੋ ਗਿਆ। ਚੱਲ ਮੈਂ ਕੱਲ ਤੋਂ ਕੰਮ ਤੇ ਜਾਇਆ ਕਰੂੰਗਾ। ਚੱਲ ਉਹ ਤਾਂ ਠੀਕ ਹੈ, ਜਾਣਾ ਹੀ ਆ, ਸੁੱਖ ਨਾਲ ਠੀਕ ਹੋ ਗਿਆ, ਵਧੀਆ ਹੋ ਗਿਆ, ਬਹੁਤ ਖੁਸ਼ੀ ਦੀ ਗੱਲ ਆ। ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ, ਧਿਆਨ ਨਾਲ ਸੁਣ ਲਾ। ਹਾਂ ਦੱਸ। ਮੈਂ ਤਾਂ ਇਹ ਕਹਿੰਦੀ ਸੀ ਵੀ ਇਹਨੂੰ ਤਲਾਕ ਦੇ ਦੇ, ਪਰ ਕੀ ਕਰਾਉਣਾ ਹੈ ਤੂੰ? ਆ ਜਿੱਦੇ ਦੀ ਆਈ ਹੈ, ਸਾਰੇ ਘਾਟੇ 'ਚ ਗਿਆ ਆਪਾਂ, ਕੋਈ ਕੰਮ ਨਹੀਂ ਚੱਜ ਦਾ ਹੋਇਆ ਹੈਗਾ, ਜਿੱਦੇ ਦਾ ਇਹਨੇ ਘਰ 'ਚ ਆਪਣੇ ਪੈਰ ਰੱਖਿਆ ਹੈਗਾ। ਮਾਂ ਤੇਰਾ ਦਿਮਾਗ ਸੈੱਟ ਹੈ, ਮੈਂ ਤਲਾਕ ਲੈ ਲਾਂ,
ਬੇ ਮੇਰਾ ਦਿਮਾਗ ਤਾਂ ਸੈੱਟ ਹੈ ਮੈਨੂੰ ਲੱਗਦਾ ਤੇਰਾ ਸੈੱਟ ਨਹੀਂ ਜਿਹੜੀ ਮੇਰੀ ਹਾਂ ਚ ਹਾਂ ਨਹੀਂ ਮਿਲਾਉਂਦਾ ਹਾਂ ਤਲਾਕ ਮੈਂ ਨਹੀਂ ਲੈ ਸਕਦਾ ਤਲਾਕ ਮੈਂ ਗੁਰੂ ਅੱਗੇ ਨਾ ਲਾਵਾਂ ਲੈਤੀਆਂ ਤੇ ਸਹੁੰ ਚੱਕੀ ਹੋਈ ਹੈ ਵੀ ਸੱਤ ਜਨਮੇ ਦਾ ਸਾਥ ਨਿਭਾਊਂਗਾ ਤੂੰ ਤੇ ਇਸ ਜਨਮ ਦੀ ਕਹੀ ਨਹੀਂ ਵੀ ਤਲਾਕ ਲੈ ਲਾ ਤੇ ਗੱਲ ਸੁਣ ਇਹ ਤੂੰ ਕੀ ਉਮੀਦ ਹੈਗੀ ਮਾਰੀ ਇਹਨਾਂ ਗੱਲਾਂ ਉਮੀਦ ਨੂੰ ਹੋਇਆ ਕੀ ਹੈ ਸੋਹਣੀ ਸੁਨੱਖੀ ਹੈ ਸਾਰਾ ਕੰਮ ਕਰਦੀ ਹੈ ਘਰ ਦਾ ਬੇ ਸੋਹਣੀ ਸੁਨੱਖੀ ਨੂੰ ਕੀ ਆਰਤੀ ਉਤਾਰਾਂ ਉਹਦੀ ਮਾਰੀ ਜਾਂਦਾ ਗੱਲਾਂ ਉਹ ਮਾਂ ਇਹ ਗੱਲ ਨਹੀਂ ਹੁੰਦੀ ਘਰ 'ਚ ਨਾ ਕਦੇ ਟਾਈਮ ਹੁੰਦਾ ਕਈ ਵਾਰੀ ਘਾਟਾ ਹੁੰਦਾ ਕਈ ਵਾਰੀ ਵਾਧਾ ਹੁੰਦਾ ਟਾਈਮ ਆਉਣ 'ਤੇ ਸਾਰਾ ਕੁਝ ਠੀਕ ਹੋ ਜਾਂਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਉਹ ਕਸੂਰਵਾਰ ਹੈ ਬੇ ਮੈਨੂੰ ਤਾਂ ਇਹਦੇ ਤੋਂ ਕੋਈ ਉਮੀਦ ਨਹੀਂ ਨਾਲੇ ਮੈਨੂੰ ਨਾ ਸਿਖਾ ਠੀਕ ਹੈ ਮੈਂ ਤੇਰੀ ਮਾਂ ਆਂਗੀ ਉਹ ਮਾਂ ਹੈਗੀ ਆ ਮੈਂ ਤੈਨੂੰ ਐਂ ਕਹਿਣਾ ਹੁਣ ਤੂੰ ਮੇਰੇ ਘਰ ਨੂੰ ਕਿਉਂ ਉਜਾੜਦੀ ਹੈ ਤੂੰ ਮੈਨੂੰ ਕੋਈ ਅੱਗੇ ਜੀਣਾ ਹੀ ਨਹੀਂ ਵੀ ਕੋਈ ਅੱਗੇ ਪੀੜ੍ਹੀ ਚੜਾਊਗੀ ਇਹ ਹਾਂ ਤੂੰ ਗੱਲ ਸੁਣ ਲਿਆ ਕਰ ਆ ਖੋਂਬੜ ਚ ਬਾੜ ਲਿਆ ਕਰ ਗੱਲ ਮੈਂ ਜਿਹੜੀ ਕਹਿਣੀ ਹੁੰਦੀ ਆ ਵੀ ਕਿਉਂ ਨਹੀਂ ਮੰਨਦਾ ਮੇਰੀ ਗੱਲ ਉਹ ਮਾਂ ਜੇ ਤੇਰੀ ਗੱਲ ਮੰਨਣ ਵਾਲੀ ਹੋਵੇ ਨਾ ਮੈਂ ਮੰਨ ਲਾਂ ਬੜਾ ਸੱਚੀ ਇਹਨਾਂ ਨੇ ਲਹੂ ਪੀਤਾ ਗਾ ਮੇਰਾ ਕੋਈ ਗੱਲ ਨਹੀਂ ਆਖੇ ਲੱਗਦੇ ਹੈਗੇ ਇਹੋ ਜਿਹਾ ਕੰਜਰਾਂ ਦੀ ਕਿੱਥੋਂ ਆਈ ਆ ਕਲੈਣੀ ਸਾਰੇ ਘਰ ਦੇ ਵਿੱਚ ਪਤਾ ਨਹੀਂ ਕੀ ਇਹੋ ਜਿਹਾ ਲਿਆ ਕੇ ਸਿੱਟਿਆ ਗਾ ਕੋਈ ਨਹੀਂ ਮੇਰੇ ਤਾਂ ਆਖੇ ਲੱਗਦਾ ਨਾ ਪਿਓ ਲੱਗੇ ਆਖੇ ਨਾ ਪੁੱਤ ਲੱਗੇ ਆਖੇ ਹਾਂ ਚੱਲ ਠੀਕ ਹੈ ਕਰ ਲਾ ਆਪਦੀਆਂ ਮਰਜ਼ੀਆਂ ਪਤਾ ਨਹੀਂ ਕੀ ਹੋਇਆ ਮਾਂ ਉਹਦੇ ਪਿੱਛੇ ਹੀ ਲੱਗੀ ਹੈ ਜਦੋਂ ਵਿਆਹੀ ਆਈ ਹੈ ਪਤਾ ਨਹੀਂ ਕੀ ਹੋਇਆ ਯਾਰ ਇਹਨੂੰ ਪਤਾ ਨਹੀਂ ਕਿਸੇ ਨੇ ਗੁਆਂਢਣ ਆ ਕੇ ਇਹਨੂੰ ਉਂਗਲਾਂ ਲਾਉਂਦੀਆਂ ਹੋਣਗੀਆਂ ਹੋਰ ਤਾਂ ਕੀ ਕਰਨਾ ਇਹਨੇ ਮਾਂ ਨੂੰ ਮੈਂ ਸਮਝਾਉਂ ਪਿਆਰ ਨਾਲ ਜੇ ਸਮਝ ਜੇ ਵਧੀਆ ਹੋ ਗਿਆ ਠੀਕ ਹੋ ਗਿਆ ਨੀ ਮੈਂ ਤਾਂ ਮੇਰੀ ਨੂੰਹ ਦਾ ਹੀ ਫਿਕਰ ਕਰੀ ਜਾਂਦੀ ਹਾਂ ਆਹ 2 ਸਾਲ ਹੋ ਗਏ ਆਹ ਮਾੜੀ ਜੀ ਜੇ ਉਮੀਦ ਉਹਦੇ ਤੇ ਦੱਸਿਆ ਸੀ ਡਾਕਟਰ ਨੇ ਡਾਕਟਰ ਨੇ ਤਾਂ ਨਾ ਨੁੱਕਰ ਜੀ ਕਰਤੀ ਲੈ ਦੱਸ ਹੁਣ ਕੀ ਕਰਾਂ ਮੈਂ ਆਪਾਂ ਇਹ ਕਹਿੰਦੇ ਅੱਗੇ ਵੀ ਪੀੜ੍ਹੀ ਵਧੇ ਆਪਣੀ ਉਹ ਤਾਂ ਗੱਲ ਸਹੀ ਹੈ ਹੁਣ ਪਰ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਨਾ ਭੈਣੇ ਤੈਨੂੰ ਮੈਂ ਤੈਨੂੰ ਪੌਕ ਪਜੇ ਤਾਂ ਦਿੱਤਾ ਸੀ ਬਾਕੀ ਤੂੰ ਆਪ ਹੀ ਦੇਖ ਲੈ ਹੁਣ ਕਿਵੇਂ ਕਰਨਾ ਜੇ ਮੈਂ ਤੈਨੂੰ ਕਹਿਣੀ ਆ ਫੇਰ ਅਗਲਾ ਕਹਿੰਦਾ ਸੋ ਸਮੂਹ ਬਣਾ ਕੇ ਵੀ ਸਾਡੀ ਗਵਾਂਢ ਨੂੰ ਸਾਡਾ ਘਰ ਪੱਟਦੀ ਆ ਨਾ ਪਰ ਮੈਨੂੰ ਕੀ ਲੋੜ ਆ ਘਰ ਪੱਟਣ ਦੀ ਮੈਂ ਤਾਂ ਕੁਛ ਨਹੀਂ ਕਹਿੰਦੀ ਚੱਲ ਤੂੰ ਗੌਰ ਕਰ ਲਈ ਮੇਰੀ ਗੱਲ ਤੇ ਹੈ ਮੇਰੀ ਗੱਲ ਤਾਂ ਸੁਣ ਲਾ 2 ਮਿੰਟ ਐਡੀ ਛੇਤੀ ਕੀ ਹੋਇਆ ਤੈਨੂੰ ਭੱਜਣ ਬੈਠ ਨਹੀਂ ਮੈਨੂੰ ਐ ਭੈਣੇ ਜੇ ਕਿਸੇ ਨੇ ਦੇਖ ਲਿਆ ਕੋਈ ਨਹੀਂ ਦੇਖ ਐ ਕਹਿਣਗੇ ਵੀ ਇਹੀ ਇਹਦਾ ਘਰ ਪੱਟ ਲਿਆ ਨਾਲੇ ਮੇਰੀ ਗੱਲ ਸੁਣ ਸਾਡੇ ਬੰਦੇ ਤਾਂ ਹੈ ਨਹੀਂ ਘਰੇ ਉਹ ਸਾਡੇ ਵਾਲੇ ਬਹੁਤ ਅੰਦਰ ਹੀ ਕੰਮ ਕਰੀ ਜਾਂਦੇ ਕਿਹਨੇ ਦੇਖਣਾ ਤੈਨੂੰ ਇੱਥੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਨਹੀਂ ਕਿਵੇਂ ਉਹਨੂੰ ਉਹ ਕਰਾ ਮੈਨੂੰ ਤਾਂ ਆਏ ਸੀ ਮੁੰਡੇ ਦਾ ਦੂਜਾ ਹੀ ਆ ਕਰ ਲਾਂ ਭੈਣੇ ਹੁਣ ਸਮਝਦਾਰ ਵਾਸਤੇ ਤਾਂ ਇਸ਼ਾਰੇ ਹੀ ਕਾਫੀ ਹੁੰਦਾ ਹੋਰ ਮੈਂ ਹੁਣ ਤੈਨੂੰ ਕੀ ਸਮਝਾਉਂਦੀ ਸਾਡੇ ਇਹਨਾਂ ਨੂੰ ਕੀ ਇਹ ਜਿਹਾ ਤਵੀਤ ਧਾਗਾ ਘੋਲ ਕੇ ਪਿਆ ਵਾ ਜਿਹੜੇ ਇਹ ਮੰਨ ਜਾਣ ਇਹ ਤਾਂ ਸਾਰੇ ਇੱਕ ਪਾਸੇ ਹੋਏ ਬੈਠੇ ਨੇ ਤੇ ਮੈਂ ਰਹਿ ਜਾਂਦੀ ਹਾਂ ਇਕੱਲੀ ਕੀ ਕਰਾਂ ਫਿਰ ਮੈਂ ਤੈਨੂੰ ਆਏ ਪੁੱਛਦੀ ਹਾਂ ਕਿਵੇਂ ਕਰੀ ਆਪਾਂ ਹੁਣ ਫਿਰ ਇਹਦਾ ਹੁਣ ਇਹ ਤਾਂ ਤਿੰਨ ਹੀ ਭੈਣੇ ਦਿਮਾਗ ਲੜਾਉਣਾ ਪੈਣਾ ਹੁਣ ਤੂੰ ਦੇਖ ਵੀ ਨਾ ਤਿੰਨਾਂ ਨੂੰ ਕਿਵੇਂ ਅੱਡੋ ਪਾਰ ਕਰ ਸਕਦੀ ਹੁਣ ਮੈਂ ਕੀ ਦੱਸਾਂ ਹੈ ਮੇਰੇ ਤਾਂ ਆਪ ਜਵਾਬ ਤੈਨੂੰ ਪਤਾ ਹੀ ਹੈ ਕਿੰਨੇ ਤੱਤੇ ਸੁਭਾਅ ਦੇ ਨੇ ਉਹ ਮੇਰੀ ਗੁੱਤਨੇ ਨੂੰ ਗੇੜਾ ਦੇ ਦੇਣਗੇ ਜਿੰਦੇ ਦੀ ਇਹ ਆਈ ਆ ਘਾਟੇ ਜਮੀਨ ਉਹੀ ਗੱਲ ਜਿਹੜੀ ਫਸਲ ਹੋਣੀ ਉਹ ਘੱਟ ਹੋਈ ਪੁੱਤ ਦੇ ਸੱਟ ਵੱਜੀ ਅਗਲੀ ਨੇ ਕੀ ਤੁਹਾਡੇ ਘਰ ਚ ਕਰਵਾਇਆ ਨਾਲੇ ਮੈਂ ਸੁਣਿਆ ਦੀ ਮਾਤਾ ਐ ਫਿਰਦੀ ਰਹਿੰਦੀ ਹੈ ਹੜਲ ਹੜਲ ਕਰਦੀ ਚੱਲ ਭੈਣੇ ਮੈਂ ਤਾਂ ਜਾਣੀ ਆ ਫਿਰ ਐਵੇਂ ਚੁਗਲੀ ਵੱਜੂਗੀ ਅਗਲਾ ਕਹੂਗਾ ਵੀ ਘਰ ਪੱਟਦੀ ਆ ਵੀ ਚਾਹ ਦੀ ਘੁੱਟ ਤਾਂ ਬਣਾ ਦਾ ਬਸ ਬਸ ਚਾਹ ਨਹੀਂ ਮੈਂ ਪੀਂਦੀ ਹੈਗੀ ਮੇਰੇ ਤੇ ਜਾ ਬਣ ਜਾਂਦਾ ਇਹਦੀਆਂ ਗੱਲਾਂ ਨਾ ਸੱਚੀਆਂ ਹੀ ਹੁੰਦੀਆਂ ਜਿਹੜੀਆਂ ਕਹਿ ਜਾਂਦੀ ਹੈ ਕੋਈ ਨਾ ਕੋਈ ਤਾਂ ਮੈਨੂੰ ਨਵੀਂ ਸਕੀਮ ਦੱਸੂਗੀ ਕੋਈ ਨਾ ਇਹਦੇ ਨਾਲ ਮਿੱਠੀ ਪਿਆਰੀ ਰਹੂਗੀ ਨਾ ਹਾਂ ਜੀ ਬਾਬੂ ਜੀ ਹਾਂ ਹਾਂ ਹੋ ਗਿਆ ਠੀਕ ਜੀ ਮੈਂ ਹਾਂ ਹਾਂ ਆਇਆ ਕਰੂੰ ਗੱਲ ਤੋਂ ਜੀ ਕੰਮ 'ਤੇ
ठीक है जी, ठीक है ना, ना कोई गल नहीं, आ जाऊंगा। किदा फोन सी पुत्ता? मां बाबू दा फोन आया सी। अच्छा, वो कहना कि मैं ठीक है, मैं ठीक है। हां कहना आया कर काम ते कल तो, मैं चल आया करूं कल तो। जी पुत्ता, ये तो बाबियां दी कृपा हुई है, मैं तेनु दसा बाल ही सोना हो गया, मसा ठीक हो गया तू सच्ची। अत आप जरा बाबे को जाते रहे हैं ना, वो कमाल नहीं। चल ठीक है मां, बाबे का कमाल ही है, चला मैं कल तो कम से जाया करूंगा। चंगा, चंगी गल है, शुक्र है मसा दिन आया गा, मैं मसा तंदुरुस्ती देखी है। हाँ नाले मेरी गल सुन, गौर करी मेरी गल ते, जेड़ी मैं तेन कह लगी हाँ। हाँ दस मां। मे पुत मैं तो ए कहती सी, ये जिदे की घर च आई है ना, घाटे दे घर है। मैनू तो ये तो कोई ए नहीं है भी यह गाह ये को जवाक चला हो जाए, 2 साल हो गए आई नू, डॉक्टर को भी जाके आई हूँ, उन्हें भी ना नुक्कर जी करती। मैं तो तेन ए कहती सी, इन तलाक दे दे परा। मां तलाक? तेरा दिमाग तो सैट है, मैं तलाक लेना ना? मैं 4 लावां लैती हूँ, 7 जन्मां की कसम खाधी है, वह 7वां आऊंगा, मैं नहीं लैंदा तलाक तलूक। अज तू मुड़ के गल कहे भी ना दे मैनू। बे तू 7 जन्मां दी कीड़ियां गल्लां करदा है, ये तो 1 जन्म च नहीं चलन वाली। हाँ यह जी है अभागण, किसी काम जिद जिदे की आई है किसी काम च हो नहीं हैगी, अगे पिछे जाने दस। वो मां है या हो की गया? लै मैं दस दी फिर तेन, जिदे की आई है उही गल आप फसल वाड़ी च घाटा है, तेरे सट लग गई, अगे तो तेरे कदम सट्टा लगिया ना, मैनू ए दस। वो मां कोई टाइम होंगे, वो कुदरती लग गई, कुदरत सारे फसल सारे घाटा है, आप थोड़ी घाटा हूँ, सारे भागना हो गई यदा मतलब ते। मैनू तो यदा कोई उम्मीद नहीं हैगी बे। हाँ मैं तेन दसा, तू तो मे मेनू सुना लग जाना आपके प्यो वगू, खबर की सोडे सिर च पाया गा, इन्हें प्यो भी मगर ला रखा गा, तो मेरा पुत भी मगर ला रखा गा। मां मां सच्ची गल कहना, वो तेन चुभदी है, तेन लगता भी वो पिछे लगे है। आहो मैनू तो चुभनी सी, कोई गल नहीं, मेरी तो सुनता इस घर नाले, मेरी गल सुन, वह मूर्त नहीं हैगी, मैं वो आरती तारी जावा, ठीक है देखी जावा, मैनू भी वह तो 100 उम्मीद हैगी, मेरी घर की पीढ़ी अगे बधे। हाँ मैं तो कोई उम्मीद ही नहीं लगती हैगी जिदे की आई है। मां फिर की हो गया, 2 साल बच्चा नहीं होया तो हो जूगा, इन्नी की काली, वो तो मैं आप ही कहा अजे बच्चा नहीं लैना, ओदा कोई कसूर नहीं है। तू नहीं होते मेरी गल सुन, गल आंदा एडी शहारी खेल जाना मेरे न, पता नहीं तेरे उही गल फिर मैं बार बार कहना पैंदा गा, पता नहीं तू ओदे जाड़ च ही बोलता रहना गा, बे कदे तां मां दी सुन लिया कर, कदे तां सुन लिया कर। ओ मां तेरी ही सुनी जाना, होर किहदी सुनदा मैं? मैं पागल थोड़ी हां जिहड़ी तेनू आह गल्लां करनियां। मां ये गुड्डी पटोलियां दा खेल तां है नहीं, जे मिल्ट च ही हो जूगा, ओदे नाल ब्याह करता, ओदे नाल करता, ऐ थोड़ी हुंदा। मैं तेनू इक गल होर भी कहनी आ, चल तलाक तां तलाक बे, चल कोई ना तलाक भी दे देंगे, इन भी रखी रखा जे होर विह करा लेगा, होर ले आवेगा गाह, पीढ़ी तो बधूगी। चंद्रिया कुस्ता सोच ला, मां वाल सोच ला वे, आ घर वाल सोच ला वे मुंडिया। मैं तेन दसा मां गल सुन ला, कई दादा साल नहीं बच्चा आंदा, अपन हो 2 साल हो जूगा, हौसला भी रखा कर। की हौसला सच्ची चनी, तू तो मेरी ना पुत जमी नहीं सुनता गा, मेरे तो फिर तेरा गुस्सा ही चढ़ता यह गल ते। मां तेन तो गुस्सा ही चढ़ना, पता नहीं की गल है, तू तो हाथ धो के पिछे पई हुई है, ठीक है मैं ओदे हाथ धो के पिछे पै गई है ना, मैनू तो लगता तुसी मेरे 3 जने पिछे पै गए, मेरी तो ना तो उन्हें तो की सुननी सी, ना तू सुने ना तेरा प्यो सुने, सच्ची मैं तो बहुत दुखी हाँ गी, मेरी तो इस घर च कोई नहीं सुनता हूं। मां तू नहीं दुखी, असी दुखी हैं इथों। अच्छा हूं मैं इथों दुखी हूं, चंगा फिर कर लो मन मर्जियां। भा मारिया मां ने, उहदे बापू नूं कहन लग जांदी है, कदों मैनू कहन लग जांदी है, कदों उहनूं, कदों नूं कदों पिछा सुट्टूगे तो मां तों, फिर कहिंदे पुत माड़े आ नूहां माड़ियां, ऐ नहीं पता आपदा कसूर हुंदा। हाँ भी पुत्ता। बापू तेरा मैं एक गल करनी है। भावें 2 कर पुत्ता, जिहड़ी गल दस तूं। मां नूं समझा दे माड़ा मोटा। की हो गया होना? हाँ तलाक ले ला प्रवीण तो। तलाक ले ला? कोई होर गल कही, भुलेखा पै गया वो तेनू। बापू मैनू नहीं भुलेखा पिया, जड़ी गल कही है ना वो तलाक ले ला, ये बच्चा नहीं हो रहा ले। तलाक तेनू नहीं, जे आ गल कहती है, तलाक तो मैनू लैना बहुत, तेनू समझ नहीं आता
दिनों दिन जिहड़ी गल दा पता उहनूं हैगी आ, क्यों दिनों 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 वाधे पता हुंदी जांदी आ। ऐं वी दूर भज भज के तां नहीं कम चलदा हुंदा, जिवें उह कहू वी ऐं चल जा, ऐं नहीं गल्लां चलदियां हुंदियां। जदों उहनूं इह गल दा पता है वी प्रवीण दे जवाक होवे जे ना ना होवे, उहने लैणा देणा की आ, ऐं रिश्ते टुटदे हुंदे आ। होर बापू मैं तां आप कही जांदा मेरी गल सुना, जवाक तो पहला आदि घर वाली हुंदी है, कल तेनू भी कुछ हो सकता गा, ते कल तेनू कुछ हो गया आप हो की गया, आ तेरे लत्त टुट के तेनू छड के भग जांदी चन्नी नूं, ऐ हो गया कि इह तां मैं ठीक होऊं ना होऊं। होर बापू तेरे बरोबर खड़ी है कि नहीं खड़ी? खड़ी रही है, मैनू पता मेरी पता किन्नी सेवा की है, डॉक्टर ने तो उम्मीद सड़ती सी भी तू चल नहीं सकता, बेचारी ने बहुत मेहनत की है, देर रात एक किया तो चलन लग्या मैं। हुण तैनू आ गल दा पता, जे तू ठीक होया उहदी मेहनत नाल ठीक होया, हाँ आ तेरी मां लै के पानी दे पानी दे गड़ विच जय राम जय राम, बाबे ने उस करता लै। बापू मैं तो उहदे पिछे ऐ कहना चल बाबे ऐ ठीक, उह तां मैं तेरी गल समझ गया भी बाप कलेश नहीं पाउंदे घरे, उहनूं आउण दे मेरे कोले, छद बुला उहनूं जिन्ना मर्जी मत्था मार ला ठीक है, तेन दस डॉक्टर को ला जाएंगे, ये तो दिखानी पेगी, ये तो जिम्मे कहते हैं कि हो गया वह होया पैनू, बस ये तो कोई काम नहीं करता, ये तो एक जी गल फड़ ली फड़ ली, देख पुत्ता वो करम वाली अपने बस से धी बहुत करम वाली है, देखा तो जी पुत्ता हूँ दस वो तो कल मैं भी तुरे जाऊँ, जे कल कुदरती मेरे ने कोई गलबात हो जाए मैं ऐ कह तो भी उन्हें करता, ये तो मां नूं समझा इहनूं इह गल, ये तो चीज ने जो होना होंदा उदो होना, एक गल सुन सच्चा, जो तेरा विआह होया इहदा विआह मेरे नाल होया ठीक है, तो दूजे दिन तीजे दिन मेरा इंसीडेंट हो गया सीगा, फिर उदो इन्हूं मैं घरों कढ दिंदा वी मेरा तां होया, मेरा जिंदगी सी बारी सत्त बारी हो गया इंसीडेंट, मैं तो इन्हूं कितें कहा नहीं ये माड़ी आई है, तो उदो पहला मेरा किरा भी नहीं होया सीगा। मेरी खत्म है मैं कुड़ी नूं तंग नहीं होण दिंदा, मैं दस दी गल जे उहनूं कोई तंग करू भाई मैं धी बना के लिआंदी आ ते आपां नूं तंग नहीं होण दिंदे, इहदे कहण नूं कहणा मैनूं तां जिन्ना मर्जी तुसीं तंग कर लो उहनूं नहीं होण देणा। मां तैनूं काहदे वास्ते तंग करदे आ, कैसा कै साल होए उहनूं आई नूं? साल 2 होए आ जी, 2 होया ते 13 सालां तों मुंडा जवाक होया सी, फिर इहनूं मैं घरों कढ दिंदा, सारीआं गल्लां दे पिछे पई जांदी आ इह, मैं तां आई बोंग फिर 13 सालां तों होया, मैं तां तैनूं कढ्या नहीं तां देख कढ दिंदा, फिर पख ना करांगे तां किहदा करांगे, जे आपां जिहदा तला इहदे मन ते करांगे की गल जाऊगी, एक गल होंदी आ गल दा एक गल दा कोई पहलू हुंदा, जे तैनूं ऐ लगदा आपां नूं दवाई दवावांगे दवाई दवावांगे 6 महीने साल दवाई दवावांगे उहदा हल भी हो जाऊगा, जे तूं आ गल करी जाएगी उहदा की फायदा मैनूं ऐ दस्स तूं।
ਹੱਲ ਵੀ ਹੈਗਾ ਨਾ, ਉਹਦਾ ਮਤਲਬ ਇਹਦਾ ਨਹੀਂ ਤਲਾਕ ਹੀ ਹੱਲ ਹੁੰਦਾ। ਆਪਾਂ ਦਵਾਈ ਵੀ ਡਾਕਟਰ ਕਾਹਦੇ ਵਾਸਤੇ ਬੈਠੇ ਆ, ਡੇਡੇ ਬੈਠੇ ਆ, ਉਹਦਾ ਕੋਈ ਹੱਲ ਹੋਊ ਆਪਾਂ ਉਹਨੂੰ ਲੈ ਕੇ ਜਾਵਾਂਗੇ, ਦਵਾਈ ਦਵਾਵਾਂਗੇ ਚੰਗੀ, ਪੁੱਤ ਹੈ ਨਾ ਗੱਲ ਇਹ। ਹਾਂ ਉਹਦਾ ਆਹ ਵੀ ਹੱਲ ਹੋਊ, ਉਹਦਾ ਹੱਲ ਇਹ ਨਹੀਂ ਹੁੰਦਾ ਵੀ ਲੜਾਈ ਹੁੰਦੀ ਹੈ, ਮਤਲਬ ਤਾਂ ਕਹਿਣਾ ਤਾਂ ਅਸੀਂ ਤੈਨੂੰ ਕਹਿ ਦਿੰਦੇ ਤੂੰ ਕੁਛ ਨੀ, ਤੂੰ ਘਰ ਨੂੰ ਚਲਾਈ ਜਾਂਦੀ ਬਹੁਤ ਵਧੀਆ, ਧੰਨਵਾਦ ਆ। ਜੇ ਮਤਲਬ ਤੂੰ ਕੋਈ ਗਲਤੀ ਗਾ ਮੈਂ ਤੇ ਤੂੰ ਮਾਫ਼ੀ ਮੰਗ ਲੈਂਦਾ। ਸਿੱਧੀ ਗੱਲ ਦੱਸਾਂ ਵੀ ਅਸੀਂ ਤੈਨੂੰ ਐਂ ਨੀ ਕਹਿੰਦੇ, ਅਸੀਂ ਤੈਨੂੰ ਤਾਂ ਕਹਿ ਦਿੰਦੇ ਵੀ ਤੂੰ ਸ਼ਿਰਕ ਕਰਦਾ ਵੀ ਪਹਿਲੂ ਹੁੰਦਾ ਗਾ। ਹਾਂ ਤੂੰ ਪਿਆਰ ਨਾਲ ਉਹਨੂੰ ਦਵਾਈ ਦੁੱਖਾ ਦਵਾ, ਸਾਰਾ ਘਰ ਆਪੇ ਹੱਥ ਪਰਮਾਤਮਾ ਨੇ ਕਰਨਾ ਹੁੰਦਾ, ਇਹ ਤਾਂ ਆਪਾਂ ਲੜਾਈ ਵਾਲੀ ਗੱਲ ਨਹੀਂ ਕਰਦੇ। ਬਸ ਮੈਂ ਇੱਥੋਂ ਨਹੀਂ ਬੋਲਿਆ ਜਾਂਦਾ, ਬਹੁਤ ਬੋਲੀ ਤੁਹਾਡੇ ਨਾਲ। ਚਲ ਪੁੱਤ ਤੂੰ ਐਂ ਕਰ, ਤੂੰ ਨਾ ਕੋਈ ਰਾਇ ਲੈ ਕੇ ਚੰਗੇ ਡਾਕਟਰ ਦੀ ਉਹਨੂੰ ਦਵਾਈ ਦਵਾ ਦੇ, ਠੀਕ ਆ? ਜੇ ਦੋ ਪੈਸੇ ਲੱਗਣਗੇ ਲਾ ਦੇਵਾਂਗੇ ਇਹਨੂੰ ਵੀ। ਬਾਪੂ ਕੁਛ ਨਹੀਂ ਹੋਇਆ, ਉਹ ਮੈਂ ਆਪ ਹੀ ਕਿਹਾ ਸੀ ਮੈਂ ਇਹ ਬੱਚਾ ਨਹੀਂ ਲੈਣਾ। ਪਰ ਫਿਰ ਤਾਂ ਗੱਲ ਹੀ ਖਤਮ ਆ ਗਈ, ਫਿਰ ਇਹ ਨਹੀਂ ਇਤਰਾਜ਼ ਕਰਦੀ ਫਿਰਦੀ ਰਹਿੰਦੀ ਹੈ। ਉਹ ਦੱਸਿਆ ਸੀ ਮਾਂ ਨੂੰ। ਓਹੋ, ਇਹ ਤਾਂ ਗੱਲ ਹੀ ਖਤਮ ਆ ਗਈ। ਇਹ ਜੇ ਲੜੀ ਮੈਂ ਤਾਂ ਆਖਿਆ ਚੱਲ ਊਂ ਕਹੂਗਾ ਹੋਊਗਾ ਪ੍ਰੋਬਲਮ ਕੋਈ, ਚੱਲ ਫਿਰ ਕਾਹਦੀ ਲੜਾਈ ਆ ਇਹ। ਚੱਲ ਠੀਕ ਹੈ ਬਾਪੂ, ਫਿਰ ਵੀ ਮਗਰ ਪਈ ਪਈ ਆ, ਇਹ ਪਰਮਾਤਮਾ ਮਿਹਰ ਰੱਖੀ ਸਾਡਾ ਘਰ ਤੋਂ, ਇਹਨੂੰ ਕਿਵੇਂ ਸਮਝਾਵਾਂ? ਇੱਕ ਮਾਂ ਹੋਣ ਦੇ ਨਾਤੇ ਇਹਨੂੰ ਆਪਦੇ ਆਪ ਸਮਝਣਾ ਚਾਹੀਦਾ, ਜਿਹੜੀਆਂ ਗੱਲਾਂ ਇਹਨੂੰ ਸਮਝਣੀਆਂ ਚਾਹੀਦੀਆਂ ਉਹੀ ਗੱਲਾਂ ਮੈਨੂੰ ਇਹਨੂੰ ਸਮਝਾਉਣੀਆਂ ਪੈਂਦੀਆਂ। ਦੱਸ ਤੂੰ ਵੀ ਇੱਕ ਇਸ ਘਰ ਦੀ ਆਵਾਂਗੀ, ਤੂੰ ਇਹ ਗੱਲ ਕਿਵੇਂ ਕਹਿ ਸਕਦੀ ਆ ਵੀ ਉਹਨੂੰ ਆਪਾਂ ਤਲਾਕ ਦੇ ਦੇਈਏ? ਬਹੁਤ ਵੱਡੀ ਗੱਲ ਕਹੀ ਜਾਂਦੀ ਹੈ, ਤਲਾਕ ਦੀ ਗੱਲ ਤਾਂ ਅਗਲਾ ਕਹਿੰਦੇ ਨਹੀਂ ਹੁੰਦਾ, ਜੇ ਅੱਜ ਇਸ ਘਰੇ ਤਲਾਕ ਹੋ ਗਏ ਤਾਂ ਪਿੱਛੇ ਕੀ ਰਹਿ ਗਿਆ? ਨਹੀਂ ਨਹੀਂ ਬਹੁਤ ਵੱਡੀ ਗਲਤੀ ਕਰ ਰਹੀ ਹੈ, ਇਹ ਕੰਮ ਨਾ ਅੱਜ ਹੋਵੇ ਅਤੇ ਨਾ ਕੱਲ੍ਹ ਹੋਵੇ ਅਤੇ ਨਾ ਹੀ ਮੈਂ ਹੋਣ ਦੇਵਾਂ, ਜਿਹੜਾ ਕੁਛ ਕਰੂਗਾ ਹੁਣ ਪਰਮਾਤਮਾ ਤੂੰ ਹੀ ਕਰਨਾ, ਮਿਹਰ ਰੱਖ ਬਸ। ਪ੍ਰਵੀਨ। ਹਾਂਜੀ। ਮੈਂ ਕੰਮ ਤੇ ਜਾ ਰਿਹਾ ਸੀ। ਕੰਮ ਤੇ ਜਾ ਰਹੇ ਹੋ? ਹਾਂ। ਤੇ ਮੈਂ ਟਿਫਨ 'ਚ ਰੋਟੀ ਪਾ ਦਾਂ ਤੁਹਾਡੀ? ਨਾ ਨਾ ਮੈਂ ਦੁਪਹਿਰੇ ਆਉਂਗਾ, ਇੱਥੇ ਹੀ ਖਾਊਂਗਾ ਨਾਲੇ, ਉੱਥੇ ਕਿਹੜਾ ਮੈਨੂੰ ਚੰਗੀ ਲੱਗਦੀ ਹੈ, ਹੁਣ ਤਾਂ ਆਦਤ ਜੀ ਪੈ ਗਈ ਤੇਰੇ ਹੱਥ ਦੀ ਰੋਟੀ ਖਾਣ ਦੀ। ਤੇ ਹੁਣ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ? ਸਹੀ ਚੱਲ ਪੈਣੇ ਨਾ। ਤੇਰੇ ਕਰਕੇ ਸਾਰਾ ਕੁਝ ਠੀਕ ਆ, ਮੈਨੂੰ ਪਰਵਾਹ ਨਹੀਂ ਕੋਈ ਹੁਣ ਕਿਸੇ ਦੀ। ਮੈਂ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਸੀ ਵੀ ਤੁਸੀਂ ਜਲਦੀ ਠੀਕ ਹੋ ਜਾਓ, ਸੋ ਪਹਿਲਾਂ ਵਾਲੇ ਦਿਨ ਫਿਰ ਵਾਪਸ ਆ ਗਏ। ਤੇਰੇ ਕਰਕੇ ਅਰਦਾਸ ਕੀਤੀ ਨਾ, ਕੰਮ ਆ ਗਈ ਆ। ਚੰਗਾ ਮੈਂ ਹੁਣ ਜਾਣਾ, ਲੇਟ ਹੋਈ ਜਾਣਾ। ਧਿਆਨ ਨਾਲ ਜਾਇਓ, ਠੀਕ ਆ? ਬਾਰ ਬਾਰ ਕਹੀ ਜਾਂਦੀ ਹਾਂ ਮੈਂ। ਹਾਂ ਠੀਕ ਹੈ, ਬਾਏ। ਚੱਲ ਮਾਂ। ਮਾਂ ਆ ਜਾ ਪੁੱਤ, ਅੰਦਰ ਹੀ ਆ। ਆ ਜਾ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕੀ ਹਾਲ ਹੈ? ਠੀਕ ਹੈ ਠੀਕ ਹੈ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਬੈਠੋ ਬੈਜੇ ਬੈਜੇ। ਹੋਰ ਮਾਂ ਠੀਕ ਠਾਕ ਆ? ਠੀਕ ਠਾਕ, ਤੁਸੀਂ ਦੱਸੋ? ਅਸੀਂ ਤਾਂ ਬਹੁਤ ਵਧੀਆ, ਬਾਹਲੇ ਚੰਗਾ ਦਿਨ ਚੜਿਆ ਅੱਜ ਤਾਂ ਜਿਹੜੇ ਤੁਸੀਂ ਆ ਗਏ। ਆਹਾ, ਹੋਰ ਹੁਣ ਪਤਾ ਕਿੰਨਾ ਚਾਅ ਚੜਿਆ ਮੈਨੂੰ ਪੁੱਤ। ਬੈਠੋ ਤੁਸੀਂ, ਮੈਂ ਪਾਣੀ ਪੂਣੀ ਮੁੱਲ ਲਿਆਉਣੀ ਆ ਤੁਹਾਡੇ ਵਾਸਤੇ। ਠੀਕ ਆ, ਮੈਂ ਲੈ ਆਈ ਮੇਰੇ। ਤੈਨੂੰ ਜਿੱਦਾਂ ਦੀ ਇਹ ਆਈ ਆ ਘਾਟੇ ਦਾ ਘਰ ਆਏਗੀ। ਹੈ ਨੀ ਕਹੀਦਾ ਹੁੰਦਾ ਮੰਮੀ। ਲੈ ਮੈਨੂੰ ਹੁਣ ਪਤਾ ਨੀ ਕਿ ਸੋਨੂੰ ਨੀ ਪਤਾ ਕੀ ਕੁਛ ਹੋ ਗਿਆ ਜਿੱਦਾਂ ਦੀ ਇਹਨੇ ਘਰੇ ਪੈਰ ਪਾਇਆ ਆਪਣੇ। ਓ ਮਾਂ, ਕੋਈ ਵੀ ਬੰਦਾ ਘਾਟੇ ਦਾ ਘਰ ਨਹੀਂ ਹੋ ਸਕਦਾ ਗਾ, ਇਹ ਤਾਂ ਸਭ ਕਿਸਮਤ ਦੀਆਂ ਖੇਡਾਂ ਹੁੰਦੀਆਂ ਨੇ। ਲੈ ਪੁੱਤ, ਉਹ ਵੀ ਤੇਰੀ ਗੱਲ ਠੀਕ ਆ, ਪਰ ਮੈਂ ਤਾਂ ਪ੍ਰਤਿਆ ਕੇ ਦੇਖ ਲਈ ਇਹ ਜਿੱਦੇ ਦੀ ਘਰ ਚ ਪੈਰ ਰੱਖਿਆ ਨਾ ਇਹਨੇ, ਬਸ ਸਾਰੇ ਸਾਡੇ ਤਾਂ ਘਾਟੇ ਹੋਏ ਨੇ, ਜ਼ਮੀਨਾਂ ਚੋਂ ਸਰੀਰਕ ਪੱਖੋਂ ਬਿਮਾਰੀ ਠਮਾਰੀ, ਉਹ ਮੈਨੂੰ ਪਤਾ, ਸੋਨੂੰ ਵੀ ਨੀ ਪਤਾ ਇੰਨਾ। ਉਹ ਮੰਮੀ ਮੇਰੀ ਗੱਲ ਸੁਣੋ, ਇਹ ਤਾਂ ਲਿਖੇ ਹੀ ਇੰਨਾ ਹੁੰਦਾ ਆ, ਜੋ ਹੋਣਾ ਉਹ ਤਾਂ ਹੋ ਕੇ ਰਹਿੰਦਾ ਆ, ਇਹ ਚ ਉਹਦੀ ਕੀ ਗਲਤੀ ਹੈ ਭਾਬੀ ਦੀ? ਤੂੰ ਤਾਂ ਉਹਨੂੰ ਐ ਸੁਣਾਈ ਜਾਂਦੀ ਜਿਵੇਂ ਉਹਦੇ ਵੱਸ ਹੋਵੇ। ਤੁਸੀਂ ਵੀ ਉਹਦੇ ਪੱਖ ਚ ਹੋਗੇ। ਉਹ ਨਹੀਂ ਮਾਂ, ਜੇ ਜ਼ਿੰਦਗੀ ਚ ਸੁੱਖ ਆਉਂਦੇ ਹੁੰਦੇ ਆ ਤਾਂ ਉਹਨੇ ਦੁੱਖ ਵੀ ਆਉਂਦੇ ਹੁੰਦੇ ਨੇ, ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕਿਸੇ ਇਨਸਾਨ ਦੇ ਸਾਰੇ ਲੱਦ ਗਏ ਗੱਲਾਂ ਬਾਤਾਂ। ਹੋਰ ਚੱਲ ਕੋਈ ਨਾ ਭਾਬੀ, ਤੂੰ ਐਵੇਂ ਮੰਮੀ ਦੀ ਗੱਲਾਂ ਦਾ ਨਾ ਗੁੱਸਾ ਨਾ ਕਰਿਆ ਕਰ, ਜਾ ਕੇ ਚਾਹ ਬਣਾ ਲਓ। ਕੋਈ ਨੀ, ਮੈਂ ਬਣਾਉਣੀ ਆ ਚਾਹ ਵੀ, ਛੱਡੋ ਬਸ, ਨਾਲੇ ਮੈਂ ਚਾਹ ਬਣਾਉ ਨਾਲੇ ਮੈਂ ਠੰਡਾ ਮੰਗਾਉਣੀ ਆ, ਗਰਮੀ ਆ। ਮੰਮੀ ਜੀ ਪਾਣੀ ਤਾਂ ਪੀ ਲਾਂ ਦਿੰਦੇ। ਭਾਬੀ ਤੂੰ ਮੰਮੀ ਦੀ ਗੱਲਾਂ ਦਾ ਨਾ ਗੁੱਸਾ ਨਾ ਕਰਿਆ ਕਰ, ਮੰਮੀ ਦੇ ਦਿਲ ਚ ਨਾ ਇਹੋ ਜਿਹਾ ਕੁਛ ਨੀ ਹੈਗਾ, ਉਹ ਬਹੁਤ ਚੰਗੀ ਹੈ, ਉਹਦੀ ਵੀ ਕੀ ਗਲਤੀ ਹੈ, ਇੰਨਾ ਕੁਛ ਹੁੰਦੇ ਉਹ ਦੇਖ ਨੀ ਸਕਦੀ ਤਾਂ ਤੇਰੇ ਤੇ ਇਲਜ਼ਾਮ ਲਾ ਦਿੰਦੀ ਹੈ, ਹੋਰ ਕੋਈ ਗੱਲ ਨੀ। ਨਹੀਂ ਨਹੀਂ ਦੀਦੀ, ਮੈਂ ਤਾਂ ਕਿਉਂ ਗੁੱਸਾ ਕਰਨਾ ਇਹਨਾਂ ਦੀ ਗੱਲ ਦਾ, ਚਲੋ ਤੁਸੀਂ ਬੈਠੋ, ਮੈਂ ਤੁਹਾਡੇ ਲਈ ਨਾ ਰੋਟੀ ਪਾਣੀ ਦਾ ਇੰਤਜ਼ਾਮ ਕਰਦੀ ਹਾਂ। ਰੋਟੀ ਤਾਂ ਅਸੀਂ ਖਾਣੀ ਨੀ, ਕੱਲੀ ਚਾਈ ਬਣਾ ਦੇ। ਠੀਕ ਹੈ, ਤੁਸੀਂ ਕਰੋ ਗੱਲਾਂ ਬਾਤਾਂ। ਠੀਕ ਹੈ। ਲੈ ਦੇਖ ਲਓ ਜੀ, ਇਸ ਵਿਚਾਰੀ ਭਾਬੀ ਦੀ ਕੀ ਗਲਤੀ ਆ? ਉਹੀ ਤਾਂ ਮੈਂ ਸੋਚ ਰਿਹਾ ਬੁਲਬੁਲ, ਮਾਂ ਐਵੇਂ ਸਾਰਾ ਦਿਨ ਉਹਦੇ ਨਾਲ ਵਿਚਾਰੀ ਨਾਲ ਲੜਦੀ ਰਹਿੰਦੀ ਹੈਗੀ,
ਇਹ ਕੋਈ ਕਿਸੇ ਦੇ ਸਾਰੇ ਦੀ ਗੱਲ ਥੋੜੀ ਹੁੰਦੀ ਹੈ, ਜਿਹੜਾ ਕੁਛ ਕਿਸਮਤ ਚ ਲਿਖਿਆ ਹੁੰਦਾ ਉਹ ਤਾਂ ਹੋ ਕੇ ਰਹਿੰਦਾ ਹੁੰਦਾ। ਉਹੀ ਤਾਂ ਗੱਲ ਹੈ, ਮਾਂ ਨੂੰ ਕਿਹੜਾ ਸਮਝਾਵੇ, ਹੁਣ ਬਿਮਾਰੀ ਹੈ, ਆਖਿਰ ਅਚਾਨਕ ਬੰਦਾ ਕੋਈ ਬਿਮਾਰ ਹੋ ਹੀ ਜਾਂਦਾ, ਇਸ ਚ ਉਹਦੀ ਕੀ ਗਲਤੀ ਹੈ ਜਦੋਂ ਲਿਖਿਆ ਹੀ ਇਹੋ ਜਿਹਾ ਕੁਛ ਆ। ਸਹੀ ਗੱਲ ਹੈ, ਕੌਣ ਸਮਝਾਵੇ ਇਹਨਾਂ ਨੂੰ, ਸਹੀ ਗੱਲ ਹੈ ਨਾ। ਮਨ ਚ ਕਰ ਚੱਲ ਵਧੀਆ ਆਪ ਹੀ ਆ ਗਈ, ਹੋਰ ਟਾਈਮ ਹੀ ਨੀ ਮਿਲਦਾ ਬਾਪੂ ਜੀ, ਬਸ ਘਰ ਦੇ ਕੰਮਾਂ ਕਾਰਾਂ ਚ ਟਾਈਮ ਸਾਰਾ ਲੰਘ ਜਾਂਦਾ। ਮੈਂ ਕਿਹਾ ਚਲੋ ਟਾਈਮ ਕੱਢ ਕੇ ਅਸੀਂ ਜਾਈ ਆਈਏ। ਚੱਲ ਪੁੱਤਾ, ਤੈਨੂੰ ਪਤਾ ਹੀ ਜਦੋਂ ਆਪਦਾ ਘਰ ਬਣ ਜਾਂਦਾ ਉੱਥੇ ਟਾਈਮ ਫਿਰ ਕਿੱਥੇ ਲੱਗਦਾ, ਕੋਈ ਦਰਨ ਚੀਜ਼ ਇਹੀ ਜੀ ਹੈ, ਹੋਰ ਸਾਰਾ ਕੁਝ ਦੇਖਣਾ ਪੈਂਦਾ ਗਾ। ਤੇ ਹੋਰ ਚਾਹ ਪਾਣੀ ਪੀ ਲਿਆ? ਹਾਂ ਚਾਹ ਤਾਂ ਆ ਗਈ ਮੈਨੂੰ ਲੱਗਦਾ, ਲਓ ਫਿਰ ਮਾਂ ਦੇ ਹੱਥਾਂ ਦੀ ਚਾਹ ਪੀ। ਚੱਲ ਹੋਰ ਦੱਸੋ, ਹੋਰ ਤਾਂ ਸਭ ਵਧੀਆ ਬਾਪੂ ਜੀ, ਤੁਸੀਂ ਮਾਂ ਨੂੰ ਸਮਝਾਇਆ ਕਰੋ। ਬਹੁਤ ਤੂੰ ਮੈਨੂੰ ਕਹੀ ਜਾਂਦੀ ਹੈ, ਮੈਂ ਤੈਨੂੰ ਕਹਿਣ ਲੱਗਦਾ ਸੀ, ਤੂੰ ਮੈਨੂੰ ਪਹਿਲਾਂ ਕਹਿ ਚੱਕ ਮਿੰਟ ਹੈ, ਇੰਨੀ ਫਰਕ ਰਹਿ ਗਈ ਗੱਲ ਦੀ। ਮੈਂ ਤਾਂ ਹੁਣੀ ਸਮਝਾ ਕੇ ਚੁੱਕੀ ਹਾਂ ਮਾਂ ਨੂੰ, ਵੀ ਬੇਚਾਰੀ ਦੀ ਕੀ ਗਲਤੀ ਹੈ, ਹੁਣ ਲਿਖੀ ਹੈ ਜੋ ਕੁਛ। ਪੁੱਤ ਮੇਰੀ ਗੱਲ ਸੁਣ, ਹੁਣ ਤੂੰ ਉਸ ਘਰੇ ਵੇਹੀ ਗਈ, ਕੱਲ ਨੂੰ ਜੇ ਤੇਰੇ ਗਾਏ ਤੋਂ ਕੋਈ ਗੱਲਬਾਤ ਹੋ ਜੇ ਤਾਂ ਅਗਲਾ ਤੈਨੂੰ ਐਂ ਕਹੂਗਾ ਵੀ ਭਾਗਣਾ, ਸੋਚਣਾ ਹੀ ਗੱਲ, ਪੈਸੇ ਗੱਲ ਕਰਦੇ ਹਾਂ, ਵੀ ਜੇ ਤੂੰ ਮਾੜੀ ਬਣ ਜਾਏਗੀ ਇਹ ਗੱਲ, ਇਹਨੂੰ ਮੈਂ ਵੀ ਹੱਥ ਗਿਆ ਆਪ ਸੋਚ ਕੇ ਦੇਖ। ਇਹ ਤਾਂ ਆਪਾਂ ਕਹਿੰਦੇ ਨੇ ਸਾਰੀ ਵਿੱਚ ਬੰਦੇ ਇਹ ਨਾ ਸਾਰੀ ਉਮਰ ਲੰਘ ਜਾਂਦੀ, ਇੱਕ ਮਿੰਟ ਨਹੀਂ ਢਿੱਲਾ ਹੁੰਦੇ ਨਾ ਕੁਛ ਹੋਵੇ, ਆਹ ਬੱਸਾਂ ਕਾ ਡਰਾਈਵਰ ਕਿੱਡੇ ਕਿੱਡੇ ਆ, ਸਾਰੀ ਉਮਰ ਲੰਘ ਜਾਂ ਇੰਸੀਡੈਂਟ ਨਹੀਂ ਹੁੰਦਾ, ਵਿੱਚ ਬੰਦੇ ਆਏ ਹੁੰਦੇ ਮਹੀਨੇ 'ਚ 20 ਵਾਰੀ ਹੁੰਦਾ। ਉਹੀ ਤਾਂ ਗੱਲ ਹੈ, ਇਹ ਤਾਂ ਤਕਦੀਰ ਦੇ ਸੌਦੇ ਹੁੰਦੇ ਆ, ਤੋਰੀ ਗੱਲਾਂ ਤੋਰ ਲੀਆਂ ਨਾ, ਮਾਂ ਨਾਲ ਕੋਈ ਦੁੱਖ ਸੁੱਖ ਕੋਈ ਰਾਂ ਰਵਈਆ ਉਹ ਤਾਂ ਕਰਿਆ ਨੀ, ਮਾਂ ਨੂੰ ਸਮਝਾਇਆ ਕਰੋ, ਆਹ ਕੀ ਗੱਲ ਕਰੀ ਜਾਂਦੀ ਹੈ ਪੁੱਤ ਤੂੰ ਵੀ। ਮੇਰੀ ਗੱਲ ਸੁਣ ਮਾਂ, ਅਸੀਂ ਤਾਂ ਦੁੱਖ ਸੁੱਖੀ ਸਾਂਝੇ ਕਰਨ ਆਏ ਸੀ, ਸਾਨੂੰ ਕੀ ਪਤਾ ਵੀ ਆਹ ਕੁਛ ਚੱਲੀ ਜਾਂਦਾ ਆ। ਉਹ ਪੁੱਤਾ ਹੁਣ ਜੇ ਆ ਕੇ ਚੁੱਪ ਕਰਕੇ ਮੁੜ ਜਾਂਦੀ ਤੇ ਤੇਰਾ ਕੀ ਫਾਇਦਾ ਸੀਗਾ? ਹਾਂ ਅਗਲੀ ਕਹੂਗੀ ਵੀ ਆਪਣੀ ਮਾਂ ਦੇ ਨਾਲ ਹੀ ਹੁੰਦੀ ਆ। ਹਾਂ ਇਹ ਗੱਲ ਆ, ਉਹ ਵੀ ਕਿਸੇ ਦੀ ਧੀ ਭੈਣ ਹੈ, ਤੁਸੀਂ ਇਹ ਵੀ ਦੇਖੋ ਜੇ ਕੱਲ ਨੂੰ ਰੱਬ ਨਾ ਕਰੇ ਮੇਰੇ ਨਾਲ ਆ ਕੁਛ ਹੋ ਜਾਂਦਾ, ਫਿਰ ਤੁਹਾਨੂੰ ਵੀ ਤਾਂ ਦੁੱਖ ਹੁੰਦਾ ਨਾ। ਇਹ ਹੁਣ ਉਹ ਚੋਲ ਬੋਲ ਨਹੀਂ ਰਹੀ, ਇਹ ਤਾਂ ਹੁਣ ਸਿਆਣੀ ਹੋ ਗਈ ਤੇ ਵਿਆਹੀ ਗਈ, ਉਹ ਗੱਲਾਂ ਵੀ ਲੱਗਦੀ ਹੁੰਨੀ ਆ। ਹਾਂ ਮੇਰੇ ਤਾਂ ਚੋਲ ਬੋਲੀ ਰਹੂਗੀ, ਕੱਲੀ ਮਾਂ ਕਾਮਲੀ ਰਹਿ ਹੋਗੀ ਇਹਨਾਂ ਦੀ, ਅੱਜ ਦੇ ਦੀ ਆ ਨੂੰ ਆਈ ਹੈ, ਬਸ ਕੱਲੀ ਮਾਂ ਹੀ ਕਾਮਲੀ ਹੋ ਗਈ। ਓ ਅਸੀਂ ਤੈਨੂੰ ਕਾਮਲੀ ਕਿਦੋਂ ਕਿਹਾ? ਫਿਰ ਹੋਰ ਹੁਣ ਮੇਰੀ ਕਿਹੜਾ ਕੋਈ ਸੁਣਦਾ ਤੁਹਾਡੇ ਚੋਂ, ਨਾ ਪੁੱਤ ਸੁਣੇ ਨਾ ਪੁੱਤ ਸੁਣਦਾ ਨਾ ਨੂੰਹ ਸੁਣਦੀ ਹੈ, ਤੈਨੂੰ ਪਤਾ ਹੀ ਹੈ ਤੇਰਾ ਮਨ ਦੁਖੀ ਹੋਊਗਾ ਕਿ ਨਹੀਂ ਹੋਊਗਾ। ਓਹੀ ਗੱਲਾਂ ਸਮਝਾਂਗੇ, ਠੀਕ ਹੈ ਚੰਗਾ ਪੀਓ ਚਾਹ, ਮੈਂ ਨੀ ਹੁਣ ਇਹ ਕਹਾਣੀ ਚ ਵੜਦੀ ਤੁਹਾਡੀ ਚ, ਉਸ ਤਾਂ ਮੈਨੂੰ ਲੱਗ ਜਾਂਦੇ ਸਾਰੇ ਪੜ ਲੈਂਦੇ ਹੋ, ਨਹੀਂ ਕਰਦੇ ਗੱਲ ਖਤਮ ਕਰ। ਚੰਗਾ ਚੰਗਾ ਚੱਲ ਪੁੱਤਾ, ਇਹ ਤਾਂ ਤੈਨੂੰ ਪਤਾ ਹੀ ਹੈ, ਬਸ ਇਹਨੂੰ ਗੱਲ ਕਹਿ ਜਾਓ, ਇਹ ਗੱਲ ਤਾਂ ਨਾ ਦਿਮਾਗ ਤੇ ਇੱਧਰ ਦੇ ਨਹੀਂ ਰਹੀ, ਉਹ ਦੂਜੇ ਪਾਸੇ ਸੋਚੀ ਜਾਂਦੀ ਹੈ, ਜਦੋਂ ਆਪਾਂ ਇੱਕ ਪਾਸੇ ਸੋਚਣ ਲੱਗ ਜਾਂਦੇ ਉਹਨੂੰ ਉਹੀ ਗੱਲ ਚੰਗੀ ਲੱਗਦੀ ਹੈ, ਹੁਣ ਇਹਨੂੰ ਉਹੀ ਗੱਲ ਚੰਗੀ ਲੱਗਦੀ ਹੈ, ਆਪਣੀ ਗੱਲਾਂ ਨੂੰ ਬੁਰੀਆਂ ਲੱਗਦੀ। ਬਸ ਚਲੋ ਚੰਗਾ ਬਾਪੂ ਜੀ, ਅਸੀਂ ਵੀ ਜਾਂਦੇ ਹਾਂ, ਸਾਡਾ ਵੀ ਮੂਡ ਠੀਕ ਜਾ ਨਹੀਂ ਆ ਗੱਲਾਂ ਦੇਖ ਕੇ, ਅਸੀਂ ਤਾਂ ਹੋਰ ਹੀ ਕੁਛ ਗੱਲਾਂ ਕਰਨ ਆਏ ਸੀ, ਸਾਨੂੰ ਕੀ ਪਤਾ ਵੀ ਆਹ ਕੁਛ ਚੱਲੀ ਜਾਂਦਾ ਆ, ਚਲੋ ਜੀ ਚੱਲੀਏ। ਠੀਕ ਹੈ ਬਾਪੂ ਜੀ, ਚੰਗਾ ਤਾਂ ਅੱਜ ਰਹਿ ਪੈਂਦੇ ਔਖੇ ਸੌਖੇ, ਨਾ ਜੀ ਬਾਪੂ ਜੀ ਫੇਰ ਕਦੇ ਗੇੜਾ ਮਾਰਾਂਗੇ ਟਾਈਮ ਕੱਢ ਕੇ, ਚੱਲ ਫਿਰ ਰਾਤ ਦਾ ਪ੍ਰੋਗਰਾਮ ਬਣਾ ਕੇ ਆਇਓ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਧਿਆਨ ਰੱਖਿਓ ਆਪਣਾ। ਹਾਂ ਪੁੱਤ ਆ ਜਾਓ। ਮਾਂ ਹਾਂ ਪੁੱਤ, ਤੂੰ ਤਾਂ ਖੈਰ, ਮੈਂ ਵੀ ਤੇਰੀ ਗੱਲ ਤੇ ਸੋਚ ਵਿਚਾਰ ਜੀ ਕਰੀ ਸੀਗੀ ਵੀ ਨੂੰਹਾਂ ਹੁੰਦੀਆਂ ਤਾਂ ਭਾਗਣੀ ਹੈਗੀਆਂ, ਤੇ ਹੋਰ ਮੈਂ ਕੀ ਗਲਤ ਕਹਿੰਦੀ ਸੀ ਹੁਣ ਤੱਕ? ਹੁਣ ਫਿਰ ਮੈਂ ਵੀ ਇਹੀ ਸੋਚਿਆਗਾ ਵੀ ਤੂੰ ਬੁਲਬੁਲ ਨੂੰ ਵੀ ਆਪਦੇ ਕੋਲ ਹੀ ਰੱਖ। ਜੀ ਐਵੇਂ ਕਦੋਂ ਬੋਲੀ ਜਾਂਦੇ ਹੋ ਤੁਸੀਂ, ਆਹ ਕੀ ਗੱਲ ਭਾਈ? ਹੈ ਤਾਂ ਖੈਰ ਇਹ ਵੀ ਮੇਰੇ ਘਰ ਲਈ ਭਾਗਣੀ ਹੈਗੀ, 3 ਸਾਲ ਹੋ ਗਈ, ਇਹਦੇ ਕਿਹੜਾ ਕੋਈ ਬੱਚਾ ਹੋਇਆਗਾ। ਚੱਲ ਠੀਕ ਹੈ ਫਿਰ, ਮੈਂ ਤਾਂ ਚੱਲਦਾ ਹੁਣ, ਤੂੰ ਇਹਨੂੰ ਆਪਦੇ ਕੋਲ ਹੀ ਰੱਖ ਲਈ। ਪੁੱਤ ਮੇਰੀ ਗੱਲ ਸੁਣ, ਐਵੇਂ ਕਦੋਂ ਕਰੀ, ਐ ਨਹੀਂ ਕਰਦੇ, ਬਹਿ ਕੇ ਗੱਲ ਸੁਣ। ਮਾਂ ਬੈਠਣ ਵਾਲੀ ਕੋਈ ਗੱਲ ਹੀ ਨਹੀਂ ਰਹੀ ਹੁਣ। ਓਹੋ ਤੇਰੀ ਗੱਲ ਤੇ ਮੈਂ ਗੌਰ ਕਰ ਲਈ, ਬਾਕੀ ਸਿਰੇ ਤੂੰ ਤਾਂ ਮੈਨੂੰ ਆਪ ਕਹੇਗਾ ਵੀ ਨੂੰ ਆਉਂਦੀਆਂ ਹੀ ਭਾਗਣ ਹੈਗੀਆਂ। ਮਾਂ ਇਹ ਕੀ ਕਹੀ ਜਾਂਦੇ ਨੇ, ਮੈਂ ਬਿਲਕੁਲ ਸਹੀ ਕਹਿਣਾ ਹੈਗਾ ਜੀ, ਤੁਸੀਂ ਐਵੇਂ ਕਦੋਂ ਕਰੀ ਜਾਂਦੇ ਹੋ। ਮੇਰੀ ਗੱਲ ਤਾਂ ਸੁਣ ਲੈ ਬਹਿ ਕੇ। ਓ ਨਹੀਂ ਮਾਂ, ਹੁਣ ਸੁਣ ਸੁਣਾਉਣ ਨੂੰ ਇਹ ਚ ਕੁਛ ਨਹੀਂ ਰਹਿ ਗਿਆ, ਜਦੋਂ ਤੂੰ ਤਾਂ ਆਪ ਹੀ ਗੱਲ ਨਾਲ ਸਹਿਮਤ ਹੈਗੀ, ਜਦੋਂ ਮੇਰਾ ਘਰ ਪਰਿਵਾਰ ਨਹੀਂ ਅੱਗੇ ਵਧਾ ਸਕਦੀ ਹੈ, ਫਿਰ ਮੇਰੇ ਘਰ ਲਈ ਵੀ ਇਹ ਭਾਗਣ ਹੋਈ ਹੈ। ਕੋਈ ਨਾ ਪੁੱਤ, ਆਹ ਗੱਲ ਨੇ ਨਾ ਮੇਰਾ ਦਿਮਾਗ ਖੋਲਤਾ ਜਿਹੜੀ ਤੈਂ ਕਹਿਤੀ। ਕੀ ਹੋਇਆ ਮੰਮੀ ਜੀ, ਕੀ ਹੋਇਆ ਦੀਦੀ? ਬਸ ਮਾਂ ਨੇ ਤਾਂ ਮੇਰੀ ਜ਼ਿੰਦਗੀ ਵੀ ਬਰਬਾਦ ਕਰਤੀ। ਕੀ ਗੱਲ ਹੋਣੀ ਸੀ ਬਾਪੂ ਜੀ?
मैं तो आप इन बुलबुल नु इत्थे छड्ड के चलिया जो प्रवीण थोड़े घर लिए भागना है तो बुलबुल मेरे घर लिए भी भागना होगी तीन साल हो गए बच्चा तो ये भी नहीं होया कोई सही गल आप तेरी करके फिर मैं तो आप हूं यही फैसला करेगा भी बुलबुल इत्थे रहो थोड़े कोल सही गल आप तेरी आ गई माड़ी मोटी समझ तो हजे भी नहीं आई बस पुत मेरा दिमाग खोलता आ गल कह के मैं तो इतों भी माफी मांग लैनी हाँ ये मेरी नूह नहीं ये धी है पर पुत तू आ गल ना करी हाड़े मेरा पुत मैं तो ये गल समझ गया इन्हें क्यों करेगा ये करने वाला वो मुंडा है नहीं नाई गया ये दिमाग की गल सोचे मैं पता क्यों कर रहा है तो तेन समझाने के बारे कर रहा सारा कुछ चलो जिमें भी किया मैं तेरा पुत धन्यवाद कर दी हाँ तू मैनू अकल देती इन्नी गल कह के मां जी यही अकल तेन पहला आ गई होंगी ना तो ना तो प्रवीण ने इना दुखी होना सीगा ते ना अज तेन सू समझा की लड़ पैनी सी होर तू तो आप इन समझदार सू समझा तेन समझा बैठे धीए मैं माफ कर दे अज तो तू मेरी धी है चल पुत चंगी गल हजे भी दिमाग च गल आ गई धन्यवाद तेरा जेड़े दे बैठे बैठे तेरे दिमाग च गल आ गई तू इन समझाता बापू जी ए तो मेरा फर्ज सीगा मैं जो आया घर च वेखी आना भी इतने की कुछ चली जाता है पर तो ही मेरे दिमाग दे विच आया भी मां नूं किसे ना किसे तरीके नाल तां समझाउणा ही पऊगा ना हां पुत तेरी गल तां सही है सियाणे जमाए भाई दा यही फर्ज हुंदा घर नूं बना के रखे आ तू गल वधिया सोची आ ते अपना घर हुण बसदियां च रह जूगा शाबाशे तेरे जिन्ने आ गल सोच ली बहुत बहुत धन्यवाद वीर जी तुहाडा ते तुहाडा भी दीदी ना ना भाभी इस धन्यवाद वाली केड़ी गल है जो साडा फर्ज सी ओ तां असीं करना ही सीगा नाले हुण तू टेंशन ना लिया कर मां तेन कुछ भी नहीं कहती क्यों मां नहीं नहीं मेरा वादा थोड़े नाल क्यों मां हुण बुलबुल नूं लेके जावां कि छड़ के जावां इत्थे हां पुत्तर लेके जा खुशी खुशी धन्यवाद मेरी अखां खोलतीयां कोई चल बुलबुल नूं आपां भी चलिए ठीक है हां चंगा बापू जी ठीक है बापू जी ठीक है मां हुण ना बोली भाभी नूं नहीं पुत्तर नहीं बोलदी पुत्तर ठीक बोलूगी मैं तुहानूं दसूंगा ठीक है ठीक चंगा मां चंगा पुत्तर ध्यान नाल जायो चंगा चलो सब तो पहले जी सारिया सत श्रीकाल सारी टीम का असं बहुत बहुत धन्यवाद करते हैं परमात्मा अगे यही दस करते हैं कि सब ते मेहर रखे वाहिगुरु जी का खालसा वाहिगुरू जी की फतेह सब तो पहले असं कमेंट बोलते हैं जी लाभ सिंह दंदियाल जी बोलो जी रसपाल सिंह मनजीत कौर फरीदपुर खुरद जिला मलेरकोटला डॉक्टर बलजिंदर सिंह जी गुरमीत कौर पखोवाला रोड लुधियाना जी रणदीप कौर जी अंग्रेज सिंह जी ते गुरजंट सिंह भौरा साबका पंच पिंड घूमनकला जी रुपिंदर कौर जी संदीप कौर जी रणवीर कौर जी अमर सिंह जी रुपिंदर सिंह जी सिद्धू मनदीप जी अंग्रेज सिंह जी सुखपाल कौर मौड़ जी ते जसवीर कौर सारिआं दा धन्नवाद इस तरह सानू कमेंट करदे रहिआ करो इस तरह सानू प्यार ਦਿੰਦੇ ਰਿਹਾ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਸ਼ੇਅਰ ਕਰਿਆ ਕਰੋ ਜੀ ਤੇ ਸਾਰਿਆਂ ਦਾ ਧੰਨਵਾਦ ਆਪਣੇ ਰਿਸ਼ਤੇਦਾਰ ਤੱਕ ਪਹੁੰਚਾਇਆ ਕਰੋ ਕਿੰਜੇ ਤੁਸੀਂ ਸਾਨੂੰ ਦੱਸੋਗੇ ਵੀਡੀਓ ਅਸੀਂ ਉਸੇ ਤਰ੍ਹਾਂ ਹੀ ਉਹ ਕਰਾਂਗੇ ਇੱਕ ਅਸੀਂ ਹੁਣ ਨਵੀਂ ਸੋਚ ਲੈ ਕੇ ਆ ਰਹੇ ਹਾਂ ਜੀ ਤੇ ਤੁਹਾਡੇ ਲਈ ਅਸੀਂ ਵੀਡੀਓ ਨਾ ਕਿਤੇ ਬਾਹਰ ਬਣਾਉਣ ਜਾ ਰਹੇ ਹਾਂ ਉਹ ਵੀ ਸੋਡਾ ਕਰਕੇ ਜਾ ਰਹੇ ਹਾਂ ਜੀ ਵੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਅਸੀਂ ਬਾਹਰੋਂ ਵਧੀਆ ਕੰਸੈਂਟ ਨਵੇਂ ਨਵੇਂ ਕੱਢ ਕੇ ਲਿਆਵਾਂਗੇ ਤੇ ਪਰ ਪਰਮਾਤਮਾ ਅੱਗੇ ਅਰਦਾਸ ਕਰੋ ਤੇ ਅਸੀਂ ਵਧੀਆ ਕਨਸੈਪਟ ਕੱਢੀਏ ਤੇ ਵਧੀਆ ਬਣਾਗੇ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਤੇ ਪਰ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ ਵੀ ਸਭ ਤੇ ਮੇਹਰ ਰੱਖੇ ਤੇ ਸਾਡੀ ਟੀਮ ਤੇ ਵੀ ਮੇਹਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।